Sufna. Word hi enna important ho gaya as if I'm living my whole life. Sufne vekhna life bahut important hai. Sufna film mainu sufne aang hi mili hai. So Sufna movie. Roz nave sufne bande te roz kinne sare pure hunde aa. Zehar vekh ke pita te ki pita. Ishq vi soch ke kita te ki kita. ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਦੇ ਬੁੱਲਿਆ ਪਿਆਰ ਵੀ ਲਾਲਚ ਨਾ ਕੀਤਾ ਤੇ ਕੀ ਕੀਤਾ ਐਂਡ ਰੋਲਿੰਗ ਰੋਲ ਕੈਮਰਾ ਐਕਸ਼ਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਸੁਫਨੇ ਦਾ ਜਿਹੜਾ ਆਈਡੀਆ ਸੀਗਾ ਬੇਸਿਕਲੀ ਉਹ ਗੁਰਨਾਮ ਦਾ ਇੱਕ ਸੌਂਗ ਹੈ ਪਾਗਲ, ਹੈ ਨਾ, ਉਦੋਂ ਉਹ ਗਾਣਾ ਰਿਲੀਜ਼ ਨਹੀਂ ਹੋਇਆ ਸੀ ਅਤੇ ਉਹਨੇ ਮੈਨੂੰ ਮਤਲਬ ਗਾਣੇ ਭੇਜ ਦਿੰਦਾ ਉਹ ਪਹਿਲਾਂ ਵੀ ਯਾਰ ਆਹ ਗਾਣਾ ਕਰਨਾ ਉਹ ਗਾਣਾ ਕਰਨਾ, ਹੈ ਨਾ, ਸੋ ਮੈਂ ਉਹ ਗਾਣਾ ਕਾਫੀ ਸੁਣਦਾ ਸੀਗਾ। ਛੱਡ ਗਿਣਤੀ ਮਿਣਤੀ ਅੰਕਾਂ ਨੂੰ ਦੁਨੀਆਂ ਦੇ ਵੇਦ ਗ੍ਰੰਥਾਂ ਨੂੰ ਤੂੰ ਆਖੇ ਤਾਂ ਪੜ ਜਾਵਾਂ ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿਤੇ ਪਾਗਲ ਨਾ ਹੋ ਜਾਵਾਂ। ਮੈਨੂੰ ਵੀ ਨਹੀਂ ਪਤਾ ਸੀ ਕਿ ਇਹ ਗਾਣੇ ਤੋਂ ਫਿਲਮ ਬਣ ਜੂਗੀ। ਸੋ ਮੈਨੂੰ ਲੱਗਦਾ ਸੀਗਾ ਕਿ ਕੋਈ ਇਹੋ ਜਿਹੀ ਲਵ ਸਟੋਰੀ ਹੋਵੇ ਜਿਹੜੀ ਬਹੁਤ ਉਹਨਾਂ ਦਾ ਮਿਲਣਾ ਦੋਨਾਂ ਕਰੈਕਟਰਾਂ ਦਾ ਇੰਨਾ ਮੁਸ਼ਕਿਲ ਭਰਿਆ ਹੋਵੇ ਕਿ ਫਿਰ ਇਹ ਗਾਣਾ ਆਵੇ। ਓਬਸਟੀਕਲਸ ਹੋਣ ਬਟ ਓਬਸਟੀਕਲਸ ਇਹੋ ਜਿਹੇ ਨਾ ਹੋਣ ਕਿ ਆਊਟ ਆਫ ਦਾ ਬੋਕਸ ਹੋਣ, ਹੈ ਨਾ, ਫੈਮਿਲੀ ਮੈਟਰਸ, ਲਾਈਫ ਅਤੇ ਜਿਹੜੇ ਸਾਡੇ ਆਮ ਜ਼ਿੰਦਗੀ ਦੇ ਓਬਸਟੀਕਲਸ ਹੈ। ਸੋ ਇਹੋ ਜਿਹੀ ਇੱਕ ਲਵ ਸਟੋਰੀ ਦਾ ਮੈਨੂੰ ਆਈਡੀਆ ਉਸ ਗਾਣੇ ਤੋਂ ਆਇਆ ਸੀਗਾ। ਦਾਦੂ ਨੇ, ਮੈਂ, ਜਗਦੀਪ ਵੀਰ ਸਾਰਿਆਂ ਨੇ ਡਿਸਾਈਡ ਕੀਤਾ ਕਿ ਆਪਾਂ ਸੁਰਖੀ ਬਿੰਦੀ ਪਹਿਲਾਂ ਕਰਦੇ ਹਾਂ ਔਰ ਸੁਫਨਾ ਬਾਅਦ 'ਚ ਕਰਾਂਗੇ। ਸਟਾਰਟਿੰਗ ਤੋਂ ਤਾਂ ਮੈਂ ਕਿਉਂਕਿ ਗੁਰਨਾਮ ਦੇ ਗਾਣੇ ਤੋਂ ਸ਼ੁਰੂਆਤ ਕੀਤੀ ਸੀ ਤਾਂ ਮੇਰੇ ਮਾਇੰਡ ਦੇ ਵਿੱਚ ਸੀਗਾ ਕਿ ਗੁਰਨਾਮ ਨੂੰ ਲੈ ਕੇ ਇਹ ਫਿਲਮ ਕਰਨੀ, ਮਤਲਬ ਮੈਂ ਉਹਨੂੰ ਹੀ ਸੋਚ ਕੇ ਲਿਖੀ ਸੀਗੀ। ਸੁਰਖੀ ਬਿੰਦੀ ਜਦੋਂ ਸ਼ੂਟ ਕਰ ਲਈ ਅਤੇ ਉਦੋਂ ਪੈਰਲਲੀ ਸਾਰਿਆਂ ਦੀਆਂ ਡੇਟਸ, ਮੇਰੀਆਂ ਡੇਟਸ, ਜਗਦੀਪ ਵੀਰ ਦੀਆਂ ਡੇਟਸ, ਐਮੀ ਵੀਰੇ ਨੇ ਵੀ ਫਿਲਮ ਮਤਲਬ ਕੋਈ ਕਰਨੀ ਸੀ, ਫਿਰ ਮੈਨੂੰ ਜਗਦੀਪ ਦਾ ਮੈਸੇਜ ਆਇਆ ਕਿ ਯਾਰ ਵੀ ਮੈਂ ਸੁਫਨਾ ਐਮੀ ਨਾਲ ਕਰ ਲਾਂ ਅਤੇ ਆਪਦੇ ਆਪ 'ਚ ਤੁਹਾਨੂੰ ਇੰਨਾ ਵਧੀਆ ਫੀਲ ਹੁੰਦਾ ਕਿ ਮਤਲਬ ਇੰਨਾ ਕੌਨਫੀਡੈਂਸ ਤੁਹਾਨੂੰ ਕੋਈ ਦੇਵੇ ਕਿ ਯਾਰ ਮੈਂ ਇਹ ਫਿਲਮ ਆਈਡੀਆ ਭਾਵੇਂ ਆਪਣਾ ਆਪਣੀਆਂ ਫੀਲਿੰਗਸ ਨੇ ਪਰ ਮੈਂ ਵੀਰੇ ਨਾਲ ਕਰ ਲਾਂ, ਐਮੀ ਵੀਰਾ, ਮੈਂ, ਅਸੀਂ ਸਾਰੇ ਭਰਾ। ਮੈਂ ਕਿਹਾ ਕਿ ਕੋਈ ਗੱਲ ਨਹੀਂ, ਜੇ ਤੁਹਾਨੂੰ ਵਰਕ ਕਰਦੀ ਆ ਤਾਂ ਐਮੀ ਕਰੇ ਮੈਂ ਕਰਾਂ, ਇੱਕ ਹੀ ਗੱਲ ਆ ਫਿਲਮ। ਅਤੇ ਫਿਰ ਸਾਨੂੰ ਸੁਪਨਾ ਮਿਲੀ ਅਤੇ ਅਸੀਂ ਆਪਣਾ ਸੁਪਨਾ ਪੂਰਾ ਕਰਦੇ ਪਏ। ਐਮੀ ਵੀਰੇ ਨੇ ਬਹੁਤ ਜ਼ਿਆਦਾ ਵਧੀਆ ਕੰਮ ਕੀਤਾ। ਹੁਣ ਮੈਨੂੰ ਦੇਖ ਕੇ ਲੱਗਦਾ ਕਿ ਜਿਹੜੀ ਚੀਜ਼ ਜਿੱਥੇ ਹੋਣੀ ਹੁੰਦੀ ਆ, ਜਿਹੜੀ ਡੈਸਟੀਨੀ ਹੁੰਦੀ ਆ, ਉੱਥੇ ਹੀ ਉੱਦਾਂ ਹੀ ਬਣਦੀ ਆ। ਫਿਲਮ ਦੇ ਵਿੱਚ ਜੋ ਮੇਨ ਇੰਪੋਰਟੈਂਟ ਚੀਜ਼ ਹੈ ਉਹ ਹੈ ਕਾਟਨ, ਕਿ ਫਿਲਮ ਉਹਨਾਂ ਲੋਕਾਂ ਦੀ ਲਾਈਫ 'ਤੇ ਬੇਸਡ ਹੈ ਜੋ ਕਾਟਨ ਦੇ ਫਾਰਮ 'ਚ ਕੰਮ ਕਰਦੇ ਆ। ਔਰ ਮੈਂ ਬਚਪਨ ਤੋਂ ਆਪਣੀ ਦਾਦੀ ਨਾਲ ਖੇਤਾਂ 'ਚ ਜਾਂਦਾ ਹੁੰਦਾ ਸੀਗਾ ਜਦੋਂ ਕਾਟਨ ਚੁਗਣੀ, ਹੈ ਨਾ, ਔਰ ਉਹ ਪ੍ਰੋਸੈਸ ਮੈਂ ਬਹੁਤ ਇੰਜੋਏ ਕਰਦਾ ਹੁੰਦਾ ਸੀਗਾ ਕਿ ਟਰੈਕਟਰ 'ਤੇ ਸ਼ਾਮ ਨੂੰ ਬਹਿ ਕੇ ਵਾਪਸ ਆਉਣਾ ਜਾਂ ਦਿਨੇ ਉੱਥੇ ਰੋਟੀ ਖਾਣੀ ਜਾਂ ਨਰਮੇ ਦੇ ਵਿੱਚ ਚਿੱਬੜ ਲੱਭਦੇ ਰਹਿਣਾ, ਹੈ ਨਾ, ਉਹ ਛੋਟੀਆਂ ਛੋਟੀਆਂ ਚੀਜ਼ਾਂ, ਮਤਲਬ ਮੇਰੀ ਲਾਈਫ 'ਚ ਬਹੁਤ ਸਾਰੀਆਂ ਮੈਮਰੀਜ਼ ਆ ਉਸ ਚੀਜ਼ ਦੀਆਂ। ਚਲੋ ਦੇਖੋ ਭੱਜੋ ਮੈਂ ਇੱਕ ਬ੍ਰਾਜ਼ੀਲੀਅਨ ਫਿਲਮ ਦੇਖੀ ਸੀ, ਉਹਦੇ 'ਚ ਬਹੁਤ ਛੋਟਾ ਜਿਹਾ ਪਾਰਟ ਸੀਗਾ ਅਤੇ ਮੈਂ ਉਹ ਦੇਖਿਆ ਸੀਗਾ, ਉਹ ਵਿਜ਼ੂਅਲ ਮੈਨੂੰ ਬਹੁਤ ਵਧੀਆ ਲੱਗੇ ਸੀ ਕਿ ਯਾਰ ਇਹ ਫਿਲਮ ਦਾ ਨਾਮ ਸ਼ਾਇਦ ਬਿਹਾਈਂਡ ਦਾ ਸਨ ਸੀਗਾ, ਮੈਂ ਸ਼ੋਰ ਨੀਗਾ, ਅਤੇ ਮੈਨੂੰ ਸੀਗਾ ਕਿ ਯਾਰ ਉਹ ਜਿਹੜਾ ਚੰਕ ਹੈ ਉਹ ਬਹੁਤ ਸੋਹਣਾ ਹੈ ਔਰ ਸਾਡੇ ਤਾਂ ਮਤਲਬ ਪੰਜਾਬ 'ਚ ਬਹੁਤ ਆਮ ਜੀ ਗੱਲ ਹੈ ਔਰ ਇਹ ਵਿਜ਼ੂਅਲਸ ਕਦੇ ਕਿਸੇ ਨੇ ਕੈਪਚਰ ਨਹੀਂ ਕੀਤੇ। ਇਹਦੇ ਨਾਲ ਨਾਲ ਮੈਨੂੰ ਇੱਕ ਚੀਜ਼ ਹੋਰ ਸੀਗੀ ਕਿ ਜੋ ਲਵ ਸਟੋਰੀ ਆ ਉਹ ਹਮੇਸ਼ਾ ਆਪਾਂ ਜਿਹੜੇ ਮਤਲਬ ਸ਼ਹਿਰੀ ਮੁੰਡੇ ਹੁੰਦੇ ਆ, ਸ਼ਹਿਰੀ ਕੁੜੀਆਂ ਹੁੰਦੀਆਂ ਜਾਂ ਓਵਰਸੀਜ਼ ਦੇ ਜਿਹੜੇ ਮੁੰਡੇ ਕੁੜੀਆਂ ਹੈ ਉਹਨਾਂ ਦੀ ਹੀ ਲਵ ਸਟੋਰੀ ਦਿਖਾਈ ਗਈ ਹੈ, ਉਹਨੂੰ ਉਸੇ ਤਰੀਕੇ ਨਾਲ ਦੇਖਿਆ ਜਾਂਦਾ, ਕਦੇ ਆਮ ਜੇ ਲੋਕਾਂ ਦੀ ਲਵ ਸਟੋਰੀ ਨਹੀਂ ਦਿਖਾਈ ਗਈ। ਹਾਂ
Action! ਸ਼ਰਮ ਤਾਂ ਨਹੀਂ ਆਉਂਦੀ ਹਾਂ ਆ ਬੈਠਾ ਇਹਦੀਆਂ ਜਿਹੜਾ ਸਾਨੂੰ ਖੇਤ ਚਾਹੀਦਾ ਸੀਗਾ ਤਾਂ ਉਹ ਮਤਲਬ ਕਾਟਨ ਪੂਰਾ ਪ੍ਰੋਪਰ ਖਿੜਿਆ ਹੋਵੇ, ਇਸ ਲਈ ਅਸੀਂ ਉਹ ਦੇਖ ਕੇ ਬਲੌਕ ਕਰਨਾ ਸੀਗਾ ਕਿ ਉਹਦੇ 'ਚੋਂ ਕਾਟਨ ਇਕੱਠਾ ਨਾ ਕਰਨ ਤਾਂ ਕਿ ਸਕਰੀਨ 'ਤੇ ਉਹ ਵਧੀਆ ਲੱਗੇ। ਸੋ ਅਸੀਂ ਉਹਦੇ ਲਈ 7-8 ਕਿੱਲਿਆਂ ਦਾ ਕਾਫੀ ਸਾਰੀ ਲੋਕੇਸ਼ਨ ਵੇਖੀ ਕਰਨ ਤੋਂ ਬਾਅਦ ਫਿਰ ਇੱਕ ਉਹਦੀ ਇੱਕ ਹੋਰ ਪ੍ਰੋਬਲਮ ਸੀਗੀ ਕਿ ਕਾਟਨ ਦੀ ਜਿਹੜੀ ਹਾਈਟ ਆ ਉਹ ਬਹੁਤ ਜ਼ਿਆਦਾ ਹੁੰਦੀ ਹੈ ਨਰਮੇ ਦੀ, ਤਾਂ ਤੁਹਾਡੇ ਕਰੈਕਟਰ ਉਹਦੇ 'ਚ ਦਿਖਦੇ ਨਹੀਂ ਗੇ, ਤਾਂ ਸਾਨੂੰ ਬਹੁਤ ਵਧੀਆ ਕਰੋਪ ਨਹੀਂ ਚਾਹੀਦੀ ਸੀ, ਮਾੜੀ ਕਰੋਪ ਚਾਹੀਦੀ ਸੀ ਜਿਹਦੀ ਹਾਈਟ ਜ਼ਿਆਦਾ ਨਾ ਹੋਵੇ। ਅਤੇ ਜਿਹਦੀ ਹਾਈਟ ਜ਼ਿਆਦਾ ਨਾ ਹੋਊਗੀ ਉਹ ਵਧੀਆ ਕਰੋਪ ਨਹੀਂ ਗੀ, ਅਤੇ ਇਸੇ ਕਰਕੇ ਫਿਰ ਉਹਦੇ ਫਲਾਵਰਿੰਗ ਵੀ ਉਨੀ ਜ਼ਿਆਦਾ ਨਹੀਂ ਹੁੰਦੀ। ਸੋ ਥੋੜ੍ਹਾ ਜਿਹਾ ਡਿਫੀਕਲਟ ਸੀਗਾ, ਫਿਰ ਫਾਈਨਲੀ ਸਾਨੂੰ ਇੱਕ ਖੇਤ ਮਿਲਿਆ ਜਿਹਦੀ ਹਾਈਟ ਵੀ ਘੱਟ ਸੀਗੀ ਅਤੇ ਉਹਦੀ ਫਲਾਵਰਿੰਗ ਵੀ ਵਧੀਆ ਸੀਗੀ। ਫਿਰ ਅਸੀਂ ਉਹਨੂੰ ਬਲੌਕ ਕੀਤਾ, ਮਤਲਬ 7-8 ਮੰਥ ਤੱਕ। ਜਿਹੜੇ ਘਰ ਹੈ ਅਮੀਰੀ ਨਹੀਂ ਦਿਖਾ ਸਕਦੇ ਸੀਗੇ, ਪੱਕਾ ਪੂਰਾ ਪੱਕੇ ਘਰ ਵੀ ਨਹੀਂ ਸੀਗੇ, ਬਟ ਹਾਫ ਪੱਕੇ ਹਾਫ ਕੱਚੇ ਮਿਕਸ ਜਾਂ ਸਾਨੂੰ ਇੱਕ ਲੋਕੇਸ਼ਨ ਚਾਹੀਦੀ ਸੀਗੀ। ਸੋ ਉਹਦੇ ਅਕੋਰਡਿੰਗ ਅਸੀਂ ਰੇਕੀ ਕਰਕੇ ਐਂਡ ਫਾਈਨਲੀ ਸਾਨੂੰ ਉਹ ਘਰ ਮਿਲੇ ਜਿੰਨਾਂ 'ਚ ਅਸੀਂ ਫਿਲਮ ਸ਼ੂਟ ਕੀਤੀ ਹੈ। ਐਕਸ਼ਨ ਫਿਲਮ ਦੇ ਵਿੱਚ ਮਤਲਬ ਲੋਕੇਸ਼ਨਸ ਦੇ ਉੱਤੇ ਸਾਡਾ ਜਿਹੜਾ ਵੈਦਰ ਹੈ ਉਹ ਬਹੁਤ ਚੇਂਜ ਹੋਇਆ ਸੀ। ਜਦੋਂ ਰੇਕੀ ਕਰਨ ਆਏ ਸੀ ਉਦੋਂ ਐਕਸਟ੍ਰੀਮ ਗਰਮੀ ਸੀ, ਮਤਲਬ ਤੁਸੀਂ ਤੁਹਾਡੇ ਤੋਂ ਖੜਿਆ ਨਹੀਂ ਜਾਂਦਾ ਸੀ ਇੰਨਾ ਜਗ੍ਹਾ 'ਤੇ, ਹੈ ਨਾ, ਔਰ ਲੂੰ ਚੱਲਦੀ ਸੀ, ਮਿੱਟੀ ਚੱਲਦੀ ਸੀ। ਮਤਲਬ ਜਿਹੜੇ ਪਿੰਡ 'ਚ ਅਸੀਂ ਸ਼ੂਟ ਕੀਤਾ ਉਸ ਪਿੰਡ 'ਚ ਕੋਈ ਬੰਦਾ ਹੀ ਹੈ ਨਹੀਂ ਸੀਗਾ ਜਦੋਂ ਤੁਸੀਂ ਐਂਟਰ ਕੀਤੇ। ਦੁਪਹਿਰ ਦਾ ਟਾਈਮ ਸੀਗਾ, ਸਾਰੇ ਲੋਕ ਘਰਾਂ ਸੀ, ਇੱਕ ਅੱਧਾ ਬੰਦਾ ਪੂਰੇ ਪਿੰਡ 'ਚੋਂ ਨਿਕਲ ਕੇ ਆਇਆ ਜਿਹਨੇ ਸਾਨੂੰ ਮਾੜਾ ਮੋਟੇ ਘਰ ਘੁਰ ਜਾ ਕੇ ਦਿਖਾਏ, ਹੈ ਨਾ, ਸੁੱਤੇ ਪਏ। ਦੁਪਹਿਰੇ ਜਾ ਕੇ ਲੋਕ ਠਾ ਕੇ ਅਸੀਂ ਘਰ ਦੇਖੇ ਸੀਗੇ, ਅਤੇ ਬਹੁਤ ਜ਼ਿਆਦਾ ਗਰਮੀ ਸੀਗੀ। ਫਿਰ ਅਸੀਂ ਜਦੋਂ ਸ਼ੂਟ ਕਰਨਾ ਸ਼ੁਰੂ ਕੀਤਾ ਤਾਂ ਉਦੋਂ ਤਾਂ ਗਰਮੀ ਥੋੜ੍ਹੀ ਘੱਟ ਗਈ ਸੀ, ਮੌਸਮ ਥੋੜ੍ਹਾ ਠੀਕ ਹੋ ਗਿਆ ਸੀਗਾ, ਬਟ ਫਿਰ ਵੀ ਇੰਨਾ ਕੰਫਰਟੇਬਲ ਨਹੀਂ ਸੀਗਾ, ਥੋੜ੍ਹੀ ਬਹੁਤ ਗਰਮੀ ਹੁੰਦੀ ਸੀ ਦਿਨ ਦੇ ਟਾਈਮ। ਐਕਸ਼ਨ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਸਾਡਾ ਸ਼ੂਟ ਅੱਗੇ ਵਧਿਆ ਫਿਰ ਠੰਡ ਆਉਣੀ ਸ਼ੁਰੂ ਹੋਈ, ਔਰ ਫਿਰ ਹੁਣ ਜਿਹੜੇ ਲਾਸਟ ਦੇ ਡੇਜ਼ ਆ ਉਹਨਾਂ 'ਚ ਤਾਂ ਬਹੁਤ ਜ਼ਿਆਦਾ ਠੰਡ ਸੀਗੀ। ਕਿਵੇਂ ਆ ਉਹ, ਠੀਕ ਆ? ਅਲਫਾ ਡੈਲਟਾ। ਇੱਕ ਲੋਕੇਸ਼ਨ ਸੀਗੀ ਜੋ ਸਾਡੀ ਫਿਲਮ ਲਈ ਬਹੁਤ ਇੰਪੋਰਟੈਂਟ ਸੀਗੀ, ਉਹ ਸੀਗਾ ਕਾਟਨ ਦਾ ਫੀਲਡ, ਅਤੇ ਅਸੀਂ ਉਹਦੀ ਵੇਟ ਕਰ ਰਹੇ ਸੀਗੇ ਕਿ ਉਹ ਪ੍ਰੋਪਰ ਕਦੋਂ ਖਿੜ ਜੂਗੀ ਪੂਰੀ, ਮਤਲਬ ਵਾਈਟ ਹੋ ਜੂਗਾ ਸਾਰਾ, ਕਿ ਹਾਂ ਲੱਗੂਗਾ ਕਿ ਯਾਰ ਹਾਂ ਉਹਨੇ ਫਿਲਮ ਲਈ ਸ਼ੂਟ ਲਈ ਠੀਕ ਹੈ। ਅਤੇ ਜਦੋਂ ਅਸੀਂ ਉਹ ਪੂਰਾ ਚੈੱਕ ਕਰਕੇ ਜਦੋਂ ਉਸ ਲੈਵਲ 'ਤੇ ਆ ਗਈ ਸੀ, ਜਿੱਦਣ ਅਸੀਂ ਸ਼ੂਟ ਸ਼ੁਰੂ ਕੀਤਾ ਉੱਥੇ ਹਾਫ ਦੇ ਇੱਕ ਸੀਨ ਅਸੀਂ ਸ਼ੂਟ ਕੀਤਾ ਸੀਗਾ, ਔਰ ਬਹੁਤ ਜ਼ਿਆਦਾ ਮੀਂਹ ਆ ਗਿਆ, ਹਨੇਰੀ ਆ ਗਈ, ਅਤੇ ਸ਼ੂਟ ਸਾਨੂੰ ਰੋਕਣਾ ਪਿਆ। ਨੈਕਸਟ ਡੇ ਜਦੋਂ ਅਸੀਂ ਆ ਕੇ ਉੱਥੇ ਦੇਖਿਆ ਤਾਂ ਸਾਰਾ ਕਾਟਨ ਭਿੱਜ ਕੇ ਝੜ ਗਿਆ ਸੀ, ਉਹ ਖਰਾਬ ਹੋ ਗਿਆ ਸੀ, ਸ਼ੂਟ ਕਰਨ ਲਾਇਕ ਨਹੀਂ ਰਿਹਾ। ਅਤੇ ਦੁਬਾਰਾ ਤੋਂ ਉਹੋ ਜਿਹਾ ਹੀ ਖੇਤ ਲੱਭਣਾ ਜਿਹਦੇ 'ਚ ਓਨੀ ਵਧੀਆ ਕਾਟਨ ਹੋਵੇ। ਫਿਰ ਅਸੀਂ ਦੁਬਾਰਾ ਤੋਂ ਰੇਕੀ ਸਟਾਰਟ ਕੀਤੀ, ਆਪਣੀਆਂ ਪ੍ਰੋਡਕਸ਼ਨ ਟੀਮਸ ਨੂੰ ਭੇਜਿਆ, ਡਾਇਰੈਕਟ ਅਸਿਸਟੈਂਟਸ ਨੂੰ ਭੇਜਿਆ, ਅਤੇ ਫਿਰ ਜਾ ਕੇ ਸਾਨੂੰ ਕਾਫੀ ਮੁਸ਼ਕਤ ਤੋਂ ਬਾਅਦ ਸਾਡੀ ਜਿਹੜੀ ਪਹਿਲਾਂ ਵਾਲੀ ਲੋਕੇਸ਼ਨ ਉਸ ਤੋਂ ਲਗਭਗ 1 ਘੰਟੇ ਦੀ ਦੂਰੀ 'ਤੇ ਸਾਨੂੰ ਦੁਬਾਰਾ ਇੱਕ ਕਾਟਨ ਦਾ ਫੀਲਡ ਮਿਲਿਆ। ਫਿਰ ਅਸੀਂ ਖਾਲੀ ਕਾਟਨ ਦੇ ਫੀਲਡ ਜਿਨ੍ਹਾਂ 'ਚੋਂ ਪੂਰੀ ਕਾਟਨ ਕੱਢੀ ਗਈ ਸੀ, ਕੱਢ ਲਈ ਗਈ ਸੀ, ਦੁਬਾਰਾ ਕਾਟਨ ਐਡ ਔਨ ਕੀਤੀ। ਇਹ ਹੈ ਜੀ ਸੁਪਨਾ ਮੂਵੀ ਦਾ ਸੈੱਟ, ਨਰਮਾ ਚੁੱਕ ਦੇ ਤਾਂ ਬਹੁਤ ਦੇਖੇ ਹੋਣਗੇ ਤੁਸੀਂ, ਅਤੇ ਅਸੀਂ ਅੱਜ ਲਾ ਰਹੇ ਹਾਂ। ਸੋ ਬਾਈ ਤੁਹਾਨੂੰ ਦਿਖਾਊਗਾ ਸਾਰੇ ਪਾਸੇ ਕਿਵੇਂ ਲਾਈ ਜਾਂਦੇ ਅਸੀਂ। ਵਿੱਚ ਨਾ ਫਸਾਓ ਇਹਨਾਂ ਦੇ, ਉਹ ਫੁੱਟੀਆਂ ਜੀ ਫਸਾ ਦਿਓ। ਅਤੇ ਸਾਨੂੰ ਸਪੈਸ਼ਲ ਫਰਮਾਇਸ਼ ਆਈ ਸੀ ਕਿ ਖੇਤਾਂ ਦੇ ਵਿੱਚ ਛਟੀਆਂ 'ਤੇ ਨਰਮਾ ਲਾਓ, ਸਾਰੇ ਲੱਗੇ ਹੋਏ ਨੇ, ਅਤੇ ਸਾਰੇ ਡਾਇਰੈਕਸ਼ਨ ਪ੍ਰੋਡਿਊਸਰ ਆਰਟ, ਠੀਕ ਹੈ ਨਾ, ਸਭ ਲੱਗੇ ਹੋਏ ਨੇ ਇੱਥੇ, ਅਤੇ ਇੱਕ ਬਸ ਤੁਸੀਂ ਉਹ ਜਿਹੜੇ ਵਿਹਲੇ ਇੱਥੇ ਸਾਡੀ ਵੀਡੀਓ ਬਣਾਉਣ ਲੱਗੇ ਹੋਏ ਹੋ। ਪਹਿਲਾਂ ਸੀਗਾ ਵੀ ਜਵਾਕਾਂ ਜਵਾਕਾਂ ਦੀ ਫਿਲਮ ਬਣਾਵਾਂਗੇ, ਕਿਉਂਕਿ ਤਾਨੇ ਨਿੱਕੀ ਜਿਹੀ ਹੈਗੀ ਹੈ। ਜਦੋਂ ਐਮੀ ਫਿਲਮ 'ਚ ਆਇਆ ਤਾਂ ਮੈਂ ਚੇਂਜਸ ਕੀਤੇ ਸਕ੍ਰਿਪਟ ਦੇ ਵਿੱਚ, ਉਸ ਕਰੈਕਟਰ ਦੇ ਵਿੱਚ ਚੇਂਜਸ ਕੀਤੇ, ਕਿਉਂਕਿ ਜਦੋਂ ਗੁਰਨਾਮ ਸੀਗਾ ਤਾਂ ਉਹ ਬਹੁਤ ਟੀਨ ਏਜ ਦਾ ਸੀਗਾ, 12th ਸਟੈਂਡਰਡ ਦਾ ਸਟੂਡੈਂਟ ਸੀਗਾ ਜਿਹੜਾ ਕਰੈਕਟਰ ਸੀਗਾ, ਬਟ ਐਮੀ ਨੂੰ ਦੁਬਾਰਾ ਮਤਲਬ ਹਰਜੀਤ ਤੋਂ ਬਾਅਦ ਫਿਰ ਉਹਨਾਂ ਛੋਟਾ ਕਰਨਾ ਅਤੇ 12th ਦਾ ਸਟੂਡੈਂਟ ਦਿਖਾਉਣਾ ਸਾਡੇ ਲਈ ਬਹੁਤ ਡਿਫੀਕਲਟ ਸੀਗਾ, ਔਰ
ਸਿਮਿਲਰ ਲੱਗਦਾ ਜੇ ਆਪਾਂ ਉਹਨੂੰ ਕਰਦੇ ਦੁਬਾਰਾ ਨਾ ਜੀ ਸਭ ਤੋਂ ਮੇਨ ਗੱਲ ਆ ਵੀ ਕੰਟੀਨਿਊਟੀ ਸੀਗੀ ਦੋ ਤਿੰਨ ਫਿਲਮਾਂ ਦੀ ਅੱਧੀਆਂ ਫਿਲਮਾਂ ਇਹਦੇ ਤੋਂ ਪਹਿਲਾਂ ਸ਼ੂਟ ਹੋ ਗਈਆਂ ਸੀ ਉਹਨਾਂ ਦਾ ਪੈਚ ਵਰਕ ਇਹਦੇ ਤੋਂ ਬਾਅਦ ਸੀ ਅਤੇ ਬਾਕੀ ਮੈਥੋਂ ਐਤਕੀ ਕੰਟੀਨਿਊਟੀ 'ਚ ਫਸਣ ਕਰਕੇ ਫਿਰ ਮੈਂ ਆਪਣਾ ਕਰੈਕਟਰ ਸੀਗਾ ਜਿਹੜਾ ਮੈਂ ਉਹਨੂੰ ਮੈਂ ਕਿਹਾ ਕਰੈਕਟਰ ਵੀ ਮੇਰਾ ਬਦਲ ਕੇ ਥੋੜ੍ਹਾ ਮੋਟਾ ਕਰ ਲਾ ਜਾਂ ਥੋੜ੍ਹਾ ਵੱਡਾ ਕਰ ਲਾ ਕਾਲਜ ਵਾਲਾ ਕਰ ਲਾ ਅਤੇ ਉਹਨੇ ਫਿਰ ਕਾਲਜ ਵਾਲਾ ਕਰ ਲਿਆ ਇਸ ਕਰਕੇ ਫਿਰ ਮੈਂ ਥੋੜ੍ਹਾ ਜਿਹਾ ਕਰੈਕਟਰ ਥੋੜ੍ਹੀਆਂ ਜਿਹੀਆਂ ਚੀਜ਼ਾਂ ਚੇਂਜ ਕੀਤੀਆਂ ਉਹਨੂੰ ਕਾਲਜ ਗੋਇੰਗ ਰੱਖਿਆ ਉਸ ਕਰੈਕਟਰ ਦੇ ਬੇਸਿਕ ਨੁਆਂਸਸ ਚੇਂਜ ਕੀਤੇ ਕੁਛ ਚੀਜ਼ਾਂ ਹੁੰਦੀਆਂ ਕਿ ਤੁਹਾਨੂੰ ਲੱਗਦਾ ਹੁੰਦਾ ਕਿ ਯਾਰ ਇਸ ਇਹ ਚੀਜ਼ਾਂ ਇਸੇ ਐਕਟਰ ਨਾਲ ਠੀਕ ਲੱਗਣਗੀਆਂ ਜਾਂ ਹਰ ਬੰਦੇ ਨਾਲ ਉਹ ਚੀਜ਼ਾਂ ਨਹੀਂ ਜਾਂਦੀਆਂ ਸੋ ਐਮੀ ਦੇ ਅਕੋਰਡਿੰਗ ਮੈਂ ਉਹ ਥੋੜ੍ਹੇ ਜਿਹੇ ਚੇਂਜਸ ਕੀਤੇ ਅਤੇ ਮੈਂ ਅਤੇ ਐਮੀ ਅਸੀਂ ਮਤਲਬ ਇੰਨੀਆਂ ਫਿਲਮਾਂ ਇਕੱਠੇ ਕਰ ਚੁੱਕੇ ਹਾਂ ਕਿਉਂਕਿ ਜਿੱਥੇ ਨਾ ਕੋਈ ਬੰਦਾ ਬਹੁਤ ਜ਼ਿਆਦਾ ਦਿਮਾਗ ਲਾਉਂਦਾ ਨਾ ਉੱਥੇ ਤੁਹਾਨੂੰ ਦਿਮਾਗ ਲਾਉਣ ਦੀ ਲੋੜ ਨਹੀਂ ਹੁੰਦੀ ਅਤੇ ਹੁਣ ਮੈਂ ਜੱਗੀ ਦੀ ਗੱਲ ਦੇ ਵਿੱਚ ਨੰਨੇ ਪਾਈ ਜਾਵਾਂ ਆਹ ਕਿਵੇਂ ਹੁਣ ਆਹ ਕਿਵੇਂ ਹੁਣ ਆਹ ਕਿਵੇਂ ਹੁਣ ਉਹ ਕਹੂ ਤੂੰ ਬਹੁਤ ਹੀ ਸਿਆਣਾ ਹੋ ਗਿਆ ਨਾ ਹੱਕ ਬਣਦਾ ਜ਼ਰੂਰ ਸੁਣਦਾ ਇੱਕ ਵਾਰੀ ਓਵਰਵੀਜ਼ ਲੈ ਲਓ ਅਤੇ ਉਹਨੂੰ ਸਲਾਹਾਂ ਨਹੀਂ ਜਾਓ ਪੁੱਛੀ ਜਾਓ ਅਤੇ ਇਸ ਕਰਕੇ ਮੈਂ ਸੁਣਦਾ ਵੀ ਨਹੀਂ ਮੈਂ ਪਹਿਲੀ ਸਟੇਜ ਵੀ ਨਹੀਂ ਪਾਰ ਕਰਦਾ ਮੈਂ ਕਿਹਾ ਯਾਰ ਤੈਨੂੰ ਪਤਾ ਮੈਂ ਕਿਹਾ ਤੇਰੀ ਵੀ ਤਾਂ ਇੱਜ਼ਤ ਲੱਗੀ ਹੈ ਮੇਰੇ ਕਿਹੜੇ ਇਕੱਲੇ ਦੀ ਫਲੋਪ ਹੋਊ ਤੇਰੀ ਵੀ ਤਾਂ ਨਾਲ ਹੀ ਹੋਊ ਜੇ ਚੱਲੂਗੀ ਤੇਰੀ ਵੀ ਚੱਲੂ ਮੇਰੀ ਵੀ ਚੱਲੂਗੀ ਇੱਕੋ ਗੱਲ ਹੀ ਆ ਹੁਣ ਸਾਨੂੰ ਪਤਾ ਹੈ ਕਿ ਮੈਨੂੰ ਉਹਦੀ ਕੈਪੈਸਿਟੀ ਪਤਾ ਮੈਨੂੰ ਪਤਾ ਮੈਂ ਉਹ ਤੋਂ ਕੀ ਕਰਵਾ ਸਕਦਾ ਉਹ ਕੀ ਕਰ ਸਕਦਾ ਸਮਝ ਆ ਗਈ ਇੱਕ ਦੂਜੇ ਦੀ ਸਾਨੂੰ ਪਤਾ ਲੱਗ ਗਿਆ ਵੀ ਕੀ ਕਰਨਾ ਕੀ ਨਹੀਂ ਕਰਨਾ ਇੱਕ ਵਾਰੀ ਜਾ ਕੇ ਮੈਂ ਆਪਦੇ ਹਿਸਾਬ ਨਾਲ ਡਾਇਲੋਗ ਬੋਲ ਦੇਣਾ ਜਿਹਨੇ ਕੋਈ ਚੇਂਜ ਕਰਾਉਣਾ ਹੁੰਦਾ ਦੱਸ ਦਿੰਦਾ ਉਹਦੇ ਵਾਂਗੂ ਬੋਲ ਦੀ ਦੇ ਅੱਜ ਦੀਵਾਲੀ ਆ ਤੇ ਰਾਤ ਦੇ 10 ਵਜ ਗਿਆ ਹੁਣੇ ਫ੍ਰੀ ਹੋਇਆ ਸੀ ਅਜੇ ਤੇ ਸਾਨੂੰ ਜੱਗੀ ਨੇ ਕਿਹਾ ਸੀਗਾ ਵੀ ਦੀਵਾਲੀ ਵਾਲੇ ਦਿਨ ਥੋੜ੍ਹਾ ਅਰਲੀ ਫ੍ਰੀ ਕਰ ਦਾਂਗੇ ਦੁਕਾਨ ਦੇ ਛੁੱਟੀ ਕਰ ਦਾਂਗੇ ਅਤੇ ਵੈਸੇ ਅਸੀਂ ਸ਼ਾਮੀ 6:30 ਵਜੇ ਫ੍ਰੀ ਹੋ ਜਾਂਦੇ ਹਾਂ ਰੋਜ਼ ਬਟ ਅੱਜ ਉਹਨੇ ਸਾਨੂੰ ਅਰਲੀ ਫ੍ਰੀ ਕਰਨਾ ਸੀ ਅਤੇ ਫਿਰ ਉਹਨੇ ਸਾਨੂੰ 4 ਘੰਟੇ ਲੇਟ ਫ੍ਰੀ ਕੀਤਾ ਉਹਦੇ ਨਾਲ ਆਹ ਦੇਖ ਇਹਨੂੰ ਕਹਿੰਦੇ ਨੇ ਪਟਾਕਾ ਲਓ ਫਿਰ ਹੈਪੀ ਦੀਵਾਲੀ ਹੈਪੀ ਦੀਵਾਲੀ ਹੈਪੀ ਦੀਵਾਲੀ ਕੁੜੀ ਦਾ ਕੋਈ ਕਰੈਕਟਰ ਨਹੀਂ ਸੀਗਾ ਮੇਰੇ ਮਾਈਂਡ 'ਚ ਕਿ ਕੌਣ ਹੋਊਗਾ ਤਾਂ ਮੈਨੂੰ ਇੱਕ ਪਾਕਿਸਤਾਨ ਤੋਂ ਇੱਕ ਕੁੜੀ ਦੀ ਫੋਟੋ ਮਿਲੀ ਸੀਗੀ ਔਰ ਉਹਦਾ ਜਿਹੜਾ ਅਟਾਇਰ ਸੀਗਾ ਜਿਹੜਾ ਉਹਦਾ ਦੇਖਣ ਦਾ ਤਰੀਕਾ ਸੀਗਾ ਉਹ ਮੈਨੂੰ ਬਹੁਤ ਵਧੀਆ ਲੱਗਿਆ ਮੈਨੂੰ ਲੱਗਿਆ ਕਿ ਆਹ ਇੱਕ ਬਹੁਤ ਯੂਨੀਕ ਜਿਹਾ ਕਰੈਕਟਰ ਹੈ ਨਾ ਇਹਨੂੰ ਫਿਲਮ 'ਚ ਆਪਾਂ ਨੂੰ ਕੁੜੀ ਇਹੋ ਜਿਹੀ ਰੱਖਣੀ ਚਾਹੀਦੀ ਹੈ ਤਾਂ ਜੋ ਤਾਨਿਆ ਸੀਗੀ ਉਹਦੇ ਕਾਫੀ ਕਲੋਜ਼ ਸੀਗੀ ਬਹੁਤ ਮਾਡਰਨ ਸੀ ਉਹ ਕਰੈਕਟਰ ਦੇ ਹਿਸਾਬ ਨਾਲ ਬਟ ਉਹ ਜਿਹੜੀ ਫੇਸ ਉਸ ਪਿਕਚਰ ਦੀ ਜਿਹੜੀ ਇਨੋਸੈਂਸ ਸੀਗੀ ਜਿਹੜੀ ਸਕ੍ਰਿਪਟ ਲਿਖਦੇ ਟਾਈਮ ਥੋੜ੍ਹਾ ਥੋੜ੍ਹਾ ਕਰੈਕਟਰ 'ਚ ਉਹਦੇ ਪੁਆਇੰਟਸ ਆ ਰਹੇ ਸੀਗੇ ਮਤਲਬ ਤਾਨਿਆਂ 'ਚ ਕਿਤੇ ਨਾ ਕਿਤੇ ਉਹ ਚੀਜ਼ਾਂ ਮੈਨੂੰ ਦਿਖ ਰਹੀਆਂ ਸੀਗੀਆਂ ਕਿ ਉਹਦੇ ਫੇਸ 'ਚ ਉਹ ਜੀ ਇਨੋਸੈਂਸ ਹੈਗੀ ਹੈ ਜਿਹੜੀ ਕਰੈਕਟਰ ਲਈ ਰਿਕੁਆਇਰ ਸਭ ਤੋਂ ਪਹਿਲੀ ਚੀਜ਼ ਮੈਂ ਦੱਸਾਂ ਟੂ ਬੀ ਵੈਰੀ ਵੈਰੀ ਓਨੈਸਟ ਵਿਦ ਮਾਈ ਵਰਕ ਐਂਡ ਪ੍ਰੋਫੈਸ਼ਨ ਆਈ ਵਾਸ ਵੈਰੀ ਐਕਸਾਈਟਡ ਦੈਟ ਆਈ ਐਮ ਇਨਟੂ ਦ ਮੂਵੀ ਇਸ ਤੋਂ ਬਾਅਦ ਐਕਸਾਈਟਮੈਂਟ ਹੀ ਨਹੀਂ ਕੋਈ ਹੋਰ ਸੀ ਮੇਰੇ ਲਈ ਕਿ ਮੈਂ ਮੂਵੀ 'ਚ ਹਾਂ ਐਂਡ ਸਟੋਰੀ ਜਗਦੀਪ ਸਰ ਦੀ ਹੈ ਐਂਡ ਐਮੀ ਇਜ਼ ਡੂਇੰਗ ਇਟ ਸੋ ਵੀ ਆਰ ਆਲ ਥਰੀ ਮਤਲਬ ਜਿਵੇਂ ਕਿਸਮਤ 'ਚ ਆਈ ਵਾਸ ਫੋਰ ਅ ਵੈਰੀ ਸਮਾਲ ਪੇਰੈਂਟਸ ਬਟ ਸਟਿਲ ਇਹ ਚੀਜ਼ ਦੀ ਐਕਸਾਈਟਮੈਂਟ ਹੀ ਮੈਨੂੰ ਬਹੁਤ ਸੀ That's two, it's a romantic movie. ਮੈਨੂੰ ਜਿਹੜਾ ਕਰੈਕਟਰ ਚਾਹੀਦਾ ਸੀ ਉਹਦੇ ਦੰਦ ਪ੍ਰੋਪਰ ਨਹੀਂ ਚਾਹੀਦੇ ਸੀਗੇ ਮੈਨੂੰ ਸੀਗਾ ਕਿ ਥੋੜ੍ਹੇ ਜਿਹੇ ਵਿੰਗ ਟੇਢੇ ਜਿਹੇ ਦੰਦ ਹੋਣ ਅਤੇ ਉਹ ਕੁਛ ਐਲੀਮੈਂਟ ਸੀਗੇ ਜਿਹੜੇ ਉਹਦੇ ਨਾਲ ਮੈਚ ਕਰਦੇ ਸੀ ਦੈਨ ਅਸੀਂ ਉਹਦਾ ਲੁੱਕ ਟੈਸਟ ਕੀਤਾ ਸੀਗਾ ਫੈਬ ਦੇ ਵਿੱਚ ਅਤੇ ਉਦੋਂ ਉਹਨੂੰ ਉਸ ਤਰੀਕੇ ਨਾਲ ਬਹਿਣਾ ਵੀ ਨਹੀਂ ਆਉਂਦਾ ਸੀਗਾ ਹੈ ਨਾ ਐਂਡ ਫਿਰ ਮੈਂ ਉਹਨੂੰ ਬਹਿ ਬੂ ਕੇ ਥੋੜ੍ਹਾ ਟਰਾਈ ਕੀਤਾ ਕਿ ਕਿਸੇ ਤਰੀਕੇ ਨਾਲ ਉਹਨੂੰ ਕਲੋਜ਼ ਕਰ ਸਕੀਏ ਬਟ ਫਿਰ ਉਹਦਾ ਕਲਰ ਬਹੁਤ ਜ਼ਿਆਦਾ ਫੇਅਰ ਸੀਗਾ ਅਤੇ ਉਹ ਲੱਗਦੀ ਨਹੀਂ ਸੀ ਕਿਤੋਂ ਕਿ ਉਹ ਕੰਮ ਕਰਨ ਵਾਲੀ ਕੁੜੀ ਹੈ ਤਾਂ ਫਿਰ ਅਸੀਂ ਉਹਦੇ 'ਚ ਫਰੈਕਲਸ ਐਡ ਔਨ ਕੀਤੇ ਕਿ ਕਿਤੇ ਨਾ ਕਿਤੇ ਉਹਦੇ ਉਸ ਚੀਜ਼ ਨੂੰ ਉਹ ਦਬਾ ਦੇ ਔਰ ਉਹ ਇੱਕ ਇੱਕ ਉਹ ਜਿਹਦੇ ਨਾਲ ਇੱਕ ਐਕਸਪੈਰੀਮੈਂਟ ਸੀਗਾ ਔਰ ਕਰੈਕਟਰ ਨੂੰ ਇੱਕ ਹੋਰ ਸ਼ੇਡ ਮਿਲੀ ਫਸਟ ਵੈਰੀ ਇੰਪੋਰਟੈਂਟ ਥਿੰਗ ਇਜ਼ ਉਹ ਕਰੈਕਟਰ ਦੀ ਜਿਹੜੀ ਬੋਡੀ ਲੈਂਗੁਏਜ ਹੈਗੀ ਹੈ ਉਹ ਲੱਗਣੀ ਚਾਹੀਦੀ ਹੈ ਕਿ ਉਹ ਕਰੈਕਟਰ ਦੀ ਬੋਡੀ ਲੈਂਗੁਏਜ ਹੈ ਮਤਲਬ ਉਹ ਉੱਦਾਂ ਦੀ ਪਤਲੀ ਵੀ ਹੋਣੀ ਚਾਹੀਦੀ ਜਿਹੜੀ ਕੰਮ ਕਰ ਰਹੀ ਹੈ ਐਂਡ ਯੰਗ ਗਰਲ ਹੈ ਭੱਜੀ ਦੌੜੀ ਫਿਰਦੀ ਹੈ ਸੋ ਉਹ ਚੀਜ਼ ਹੋਣੀ ਚਾਹੀਦੀ ਹੈ ਉਹ ਚੈਲੇਂਜ ਸੀ ਕਿ ਮੈਂ ਵੇਟ ਲੂਜ਼ ਕਰਨਾ ਹੈ ਐਂਡ ਦੈਨ ਮੈਂ ਉਸ ਕਰੈਕਟਰ 'ਚ ਫਿੱਟ ਹੋਣਾ ਸੋ ਉਹਦੇ ਲਈ ਮੈਂ ਵਰਕਆਊਟ ਕੀਤਾ ਬਹੁਤ ਜ਼ਿਆਦਾ ਮਤਲਬ ਟੋਟਲੀ ਡਾਇਟ 'ਤੇ ਰਹੀ ਵਰਕਆਊਟ ਕੀਤਾ ਐਂਡ ਮੈਂ ਪਤਲੀ ਹੋ ਗਈ ਉਸ ਤੋਂ ਬਾਅਦ ਨੈਕਸਟ ਚੈਲੇਂਜ ਵਾਸ ਦੀ ਬੋਡੀ ਲੈਂਗੁਏਜ ਅਤੇ ਉਹਦੇ ਲਈ ਮੈਂ ਸ਼ੂਟ ਸ਼ੁਰੂ ਹੋਣ ਤੋਂ ਪਹਿਲੇ ਜਗਦੀਪ ਸਰ ਨਾਲ ਗੱਲ ਕੀਤੀ ਹੀ ਵਾਸ ਸੋ ਕੋਪਰੇਟਿਵ ਥਰੂ ਆਊਟ ਅਤੇ ਮੈਂ ਪਿੰਡ 'ਚ ਆਈ ਟੂ ਸੀ ਕਿ ਕੁੜੀਆਂ ਕਿੱਦਾਂ ਰਹਿੰਦੀਆਂ ਨੇ ਕੀ ਕਰਦੀਆਂ ਨੇ ਹਾਓ ਦੇ ਵਰਕ ਵਟ ਦੇ ਵਰਕ
ਤੇ ਉਹਨਾਂ ਦੇ ਕੱਪੜੇ ਕਿੱਦਾਂ ਹੈਂਡਲ ਕਰਦੀਆਂ, ਚੁੰਨੀਆਂ ਕਿੱਦਾਂ ਉਹ ਹੈਂਡਲ ਕਰਦੀਆਂ, ਕਿਉਂਕਿ ਉਹ ਡਿਫਰੈਂਟ ਹੈ। ਸੋ ਫਿਰ ਮੈਂ ਉਹਨਾਂ ਤੋਂ ਸਿੱਖਿਆ ਕਿ ਕਿਹੜੀ ਚੀਜ਼ ਨੂੰ ਕੀ ਕਹੀਦਾ, ਮਤਲਬ ਲੇਪ ਕਿੱਦਾਂ ਦੀਵਾਰਾਂ ਲੇਪੀ ਦੀਆਂ, ਪਾਥੀਆਂ ਕਿੱਦਾਂ ਬਣਦੀਆਂ ਨੇ, ਉਹਦਾ ਯੂਜ਼ ਕੀ ਹੈਗਾ, ਤੇ ਕਿੱਦਾਂ ਉਹ ਤਵੇ ਤੇ ਰੋਟੀਆਂ ਕੀ ਬਣਾਉਂਦੇ ਨੇ। ਜਸਟ ਫੋਰ ਮਾਈ ਇੰਟਰਨਲ ਨੌਲੇਜ ਆਫ ਦੀ ਕਰੈਕਟਰ, ਸੋ ਐਸ ਕਿ ਮੈਂ ਕਰੈਕਟਰ ਨੂੰ ਥੋੜ੍ਹਾ ਡੀਪਲੀ ਸਮਝ ਸਕਾਂ ਐਂਡ ਦੈਨ ਉਹਨੂੰ ਪਰਫੋਰਮ ਕਰ ਸਕਾਂ। ਉਸ ਤੋਂ ਬਾਅਦ ਫਰੈਕਲਸ ਜਿਹੜੀ ਹੈ ਲੁੱਕ ਦੀ ਗੱਲ ਹੈਗੀ ਸੀ। ਵੈਨ ਵੀ ਫਸਟ ਸੋ ਲੁੱਕ ਅਪ੍ਰੈਲ ਦੇ ਵਿੱਚ ਅਸੀਂ ਲੁੱਕ ਟੈਸਟ ਕੀਤਾ ਸੀ ਉੱਥੇ ਹੀ ਚੰਡੀਗੜ੍ਹ। ਲੁੱਕ ਸਰ ਨੇ ਡਿਸਾਈਡ ਪਹਿਲੇ ਕੀਤੀ ਹੋਈ ਸੀ, ਵੀ ਜਸਟ ਟ੍ਰਾਈਡ ਇਟ ਕਿ ਕਿੱਦਾਂ ਦੀ ਲੱਗਦੀ ਹੈ, ਐਂਡ ਫੋਰਚੂਨੇਟਲੀ ਇਟ ਲੁੱਕਡ ਗੁੱਡ। ਸੋ ਫਰੈਕਲਸ ਐਡ ਤਾਂ ਕਰ ਲਏ ਅਸੀਂ ਉਸ ਲਈ, ਹੈ ਨਾ, ਬਟ ਉਹਨਾਂ ਦੀ ਕੰਟੀਨਿਊਟੀ ਉਸ ਪੂਰੀ ਪਿਕਚਰ 'ਚ ਸੇਮ ਦਿਖਣ, ਤਾਂ ਉਹਦੇ ਲਈ ਸਾਨੂੰ ਬਹੁਤ ਵਧੀਆ ਮੇਕਅਪ ਆਰਟਿਸਟ ਚਾਹੀਦਾ ਸੀਗਾ। ਅਤੇ ਫਿਰ ਅਸੀਂ ਉਹਨੂੰ ਬੋਂਬੇ ਬੁਲਾ ਕੇ ਬੋਂਬੇ ਦੀ ਟੀਮ ਨਾਲ, ਮਤਲਬ ਜਿਨ੍ਹਾਂ ਨੇ 83 'ਚ ਮੇਕਅਪ ਕੀਤਾ, ਉਸ ਟੀਮ ਨਾਲ ਅਸੀਂ ਤਾਨਿਆ ਦਾ ਇੱਕ ਦੁਬਾਰਾ ਲੁੱਕ ਟੈਸਟ ਕੀਤਾ। ਅਤੇ ਫਿਰ ਉਹ ਜਿਹੜੀ ਕੰਟੀਨਿਊਟੀ ਸੀਗੀ ਉਹਨਾਂ ਦੇ ਮੇਕਅਪ ਦੀ, ਅਸੀਂ ਉਹਨੂੰ ਫੜ ਕੇ ਪੂਰੀ ਫਿਲਮ ਦੇ ਵਿੱਚ ਉਹਨੂੰ ਮੇਨਟੇਨ ਕੀਤਾ ਕਿ ਉਹਦੇ ਫਰੇਕਲ ਸੇਮ ਲੱਗਣ, ਇਹ ਨਾ ਲੱਗਣ ਕਿ ਪਿਛਲੇ ਸੀਨ 'ਚ ਕੋਈ ਛੱਡ ਸੀਗੇ ਅਗਲੇ 'ਚ ਕੋਈ ਛੱਡ ਸੀਗੇ। ਸੇਮ ਜਿਹੜਾ ਕੋਸਟਿਊਮ ਦਾ ਸੀਗਾ ਕਿ ਕਿਤੇ ਨਾ ਕਿਤੇ ਇੱਕ ਰੋਮੈਂਟਿਕ ਫਿਲਮ ਹੋਣ ਦੇ ਕਾ ਹੋ ਮਤਲਬ ਸੀਗੀ, ਤਾਂ ਡਲ ਨਹੀਂ ਲੱਗਣੀ ਚਾਹੀਦੀ, ਹੈ ਨਾ, ਉਹਦੇ 'ਚ ਕਲਰਸ ਹੋਣੇ ਚਾਹੀਦੇ ਆ। ਤਾਂ ਜਿਹੜਾ ਕੋਸਟਿਊਮ ਦਾ ਸੀਗਾ ਉਹ ਰੋਮਾ ਨੇ ਕੋਸਟਿਊਮ ਕੀਤੇ, ਤਾਂ ਉਹਨਾਂ ਨਾਲ ਇਹ ਗੱਲਾਂ ਦਾ ਅਸੀਂ ਪਹਿਲਾਂ ਤੋਂ ਡਿਸਕਸ਼ਨ ਕਰਕੇ ਚੱਲੇ ਸੀਗੇ ਕਿ ਸਾਨੂੰ ਕਲਰ ਚਾਹੀਦੇ ਆ, ਮਤਲਬ ਗਰੀਬੀ ਦੇ ਨਾਮ 'ਤੇ ਆਪਾਂ ਡਲ ਨਹੀਂ ਦਿਖਾਉਣਾ, ਆਪਾਂ ਥੋੜ੍ਹਾ ਜਿਹਾ ਬ੍ਰਾਈਟ ਦਿਖਾਉਣਾ, ਬਟ ਜਿਹੜਾ ਫੈਬਰਿਕ ਹੈ ਉਹ ਸਸਤਾ ਫੈਬਰਿਕ ਹੋਵੇ, ਉਹਨੂੰ ਏਜਿੰਗ ਕਰ ਲਈਏ ਆਪਾਂ, ਬਟ ਕਿਤੇ ਨਾ ਕਿਤੇ ਉਹ ਕਲਰ ਰਹੇ, ਫਿਲਮ ਕਲਰਫੁੱਲ ਲੱਗੇ, ਤਾਂ ਇੱਕ ਰੋਮੈਂਸ ਦੀ ਫੀਲ ਬਰਕਰਾਰ ਰਹੇ। Look and find someone over here jo gota peeku karte hain normally pata dupatta pe peekus dekha jo regular hota hai we had got it done somewhere in rajasthan I have to check over here agar yahan par hota hoga to vicky bhai roti change kar do baba main baithe raho aaj baithe roti change ek minute khare do ek minute ye rakha hai baba check on rabab ਜਦੋਂ ਆਪਾਂ ਨੋਟਿਨੈਸ ਦੀ ਗੱਲ ਕਰਦੇ ਆ ਨਾ ਤੇ ਮੈਂ ਦੂਜੇ ਨੰਬਰ ਤੇ ਆਂ ਵੋ ਆਈ ਗੈਸ ਵਾਸ ਦੀ ਸਰਪ੍ਰਾਈਜ਼ਿੰਗ ਪੈਕੇਜ ਦ ਫਰਸਟ ਪ੍ਰਾਈਜ਼ ਆਈ ਵੁੱਡ ਲਾਈਕ ਟੂ ਗਿਵ ਟੂ ਵਨ ਆਫ ਮਾਈ ਕਲੋਜ਼ੈਸਟ ਫਰੈਂਡ ਰਬਾਬ ਬਾਬਾ ਉਹ ਤੇ ਮੇਰੇ ਤੋਂ ਵੀ ਹੱਦ ਸ਼ਰਾਰਤੀ ਹੈ ਮਤਲਬ ਮੈਂ ਇਸ ਚੀਜ਼ ਦੇ ਫੇਵਰ ਚ ਨਹੀਂ ਸੀਗਾ ਕਿ ਰਬਾਬ ਇਹ ਕੈਰੈਕਟਰ ਪਲੇ ਕਰੇ ਹਨਾ ਕਿਉਂਕਿ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਕੰਮ ਨਹੀਂ ਕਰਾਉਣਾ ਚਾਹੀਦਾ ਇਸ ਲਾਈਨ ਦੇ ਵਿੱਚ ਕਿਉਂਕਿ ਨਿਆਣੇ ਤੋਂ ਕੰਮ ਕਰਾਉਣਾ ਬਹੁਤ ਜ਼ਿਆਦਾ ਔਖਾ ਹੁੰਦਾ ਅਤੇ ਜਗਦੀਪ ਨੇ ਬਹੁਤ ਈਜ਼ੀਲੀ ਅਤੇ ਪਿਆਰ ਨਾਲ ਉਹ ਕੰਮ ਕਢਾਇਆ ਅਤੇ ਉਹ ਮੈਂ ਕਿਹਾ ਸਾਰੇ ਜਣੇ ਉਸ ਚੀਜ਼ ਨੂੰ ਐਪਰੀਸ਼ੀਏਟ ਕਰਨਗੇ ਤੁਸੀਂ ਜ਼ਰੂਰ ਦੇਖਿਓ ਇੱਕ ਮਾਰਕਰ ਲੈ ਕੇ ਆਪੇ ਉਹਨੇ ਕਿ ਤੇਗ ਕਿਡ ਅਤੇ ਤੇਗ ਠੀਕ ਹੈ ਕਿ ਇਹ ਵੈਨ ਤੇਗ ਦੀ ਹੈ ਡੂ ਨਾਟ ਇੰਟਰਫੇਅਰ ਅਤੇ ਤੇਗ ਕਿਡ ਵੀ ਅੰਦਰ ਹੀ ਹੈ ਅਤੇ ਤੇਗ ਵੀ ਅੰਦਰ ਹੀ ਹੈ ਉਹਨੇ ਆਲਰੇਡੀ ਸੁੱਖੀ ਬਿੰਦੀ ਵਿੱਚ ਇੱਕ ਬੇਸਿਕ ਜਿਹਾ ਐਕਸਪੀਰੀਅੰਸ ਹੁੰਦਾ ਇੱਕ ਬੱਚੇ ਲਈ ਇੱਕ ਐਕਸਪੋਜ਼ਰ ਹੁੰਦਾ ਅਤੇ ਉਹ ਇੱਕ ਫਿਲਮ ਨਾਲ ਹੋ ਗਿਆ ਨਾ ਉਹਨਾਂ ਨੂੰ ਆਪਣੀ ਸਟੱਡੀ ਹੈ ਉਹਦੀ ਲਾਈਫ ਹੈ ਉਹਨੂੰ ਆਪਣੇ ਆਪ ਡਿਸਾਈਡ ਕਰਨਾ ਚਾਹੀਦਾ ਕਿ ਨਾ ਕਿ ਮੈਂ ਉਹਦੇ 'ਤੇ ਬਚਪਨ ਤੋਂ ਥੋਪ ਦਿਆਂ ਕਿ ਤੂੰ ਇਸੇ ਲਾਈਨ 'ਚ ਹੈ ਨਾ ਇੱਕ ਜਿਹੜੀ ਮੇਜਰ ਪ੍ਰੋਬਲਮ ਆਈ ਉਹ ਮੈਂ ਸੋਚੀ ਨਹੀਂ ਸੀਗੀ ਕਿਉਂਕਿ ਤਾਨਿਆ ਦੇ ਕਰੈਕਟਰ ਨੂੰ ਅਸੀਂ ਲੈਂਸਿਸ ਦਿੱਤੇ ਆ ਅਤੇ ਫਰੈਕਲਸ ਦਿੱਤੇ ਆ ਤਾਨਿਆ ਲਈ ਤਾਂ ਚਲੋ ਉਹਨੇ ਪ੍ਰੈਕਟਿਸ ਕਰ ਲਈ ਸੀ ਉਹਨੂੰ ਪਤਾ ਸੀਗਾ ਉਹਨੇ ਲੈਂਸ ਪਾਉਣੇ ਆ ਫਿਲਮ ਦੇ ਵਿੱਚ ਪਹਿਲਾਂ ਤੋਂ ਕਲਰ ਡਿਸਾਈਡ ਹੋ ਗਿਆ ਸੀਗਾ ਕਿ ਆਪਾਂ ਆਹ ਲੈਂਸ ਯੂਜ਼ ਕਰਨੇ ਆ ਬਟ ਮੈਂ ਮੇਰੇ ਮਾਇੰਡ 'ਚ ਨਹੀਂ ਸੀ ਇਹ ਗੱਲ ਕਿ ਯਾਰ ਇਹ ਸੇਮ ਲੈਂਸ ਆਪਾਂ ਨੂੰ ਉਹਦੇ ਬਚਪਨ 'ਚ ਵੀ ਯੂਜ਼ ਕਰਨੇ ਪੈਣੇ ਆ ਅਤੇ ਮੈਨੂੰ ਸੀਗਾ ਕਿ ਨਹੀਂ ਦਿਖਾਵਾਂਗੇ ਕੀ ਫਰਕ ਪੈਂਦਾ ਹੈ ਨਾ ਬਟ ਇੱਕ ਚੀਜ਼ ਮੈਨੂੰ ਹੋਰ ਵੀ ਨਹੀਂ ਪਤਾ ਸੀਗਾ ਕਿ ਜਿਹੜਾ ਸਾਡਾ ਆਈਜ਼ ਦਾ ਸਾਈਜ਼ ਹੁੰਦਾ ਉਹ ਕਦੇ ਨਹੀਂ ਬਦਲਦਾ ਉਹ ਬਰਥ ਤੋਂ ਲੈ ਕੇ ਬੁਢਾਪੇ ਤੱਕ ਸੇਮ ਰਹਿੰਦਾ ਮੈਨੂੰ ਸੀਗਾ ਬੱਚਿਆਂ ਦੇ ਤਾਂ ਲੈਂਸ ਆਉਂਦੇ ਹੀ ਨਹੀਂਗੇ ਅਤੇ ਉੱਥੇ ਆ ਕੇ ਮੈਨੂੰ ਪਤਾ ਲੱਗਿਆ ਕਿ ਨਹੀਂ ਆਈਜ਼ ਸੇਮ ਹੁੰਦੀਆਂ ਅਤੇ ਲੈਂਸ ਤਾਂ ਪਾਉਣੇ ਪੈਣਗੇ ਨਹੀਂ ਕਰੈਕਟਰ ਪਤਾ ਲੱਗ ਜੂ ਐਂਡ ਆਲ ਦੈਟ Okay, now we have to go to the vanity to do this, I guess. Vanity ch na 1 minute nahi lagda. Okay, playback dena sir. Chalo bhaj gayi. Rabab utthe chalo. Aa ja rabab wapas aaya. Papa ki bahut बहुत बैंड बजाई उसने बोला कि पापा वन टेक ओनली ये लास्ट टेक है पापा मैं नहीं दूंगी इसके आगे सो वो चलता रहा पापा नो वन मोर
ਬਸ ਆਇਆ ਆਇਆ ਓ ਗੋਡ ਬੰਦ ਕਰ ਦੋ ਤੁਸੀਂ ਮੇਰੀ ਤੇ ਲੜ ਚੱਲ ਰਹੀ ਕਹਿਣੀ ਹੈ ਓਕੇ ਬਾਏ ਬਾਏ ਨੂੰ ਕਹਿ ਕੁੱਲ ਮਿਲਾ ਕੇ ਮੇਰੀ ਪੂਰੀ ਜਾਨੀ ਦੁਸ਼ਮਣ ਅਰਬਾਬ ਕਿਉਂਕਿ ਮੈਂ ਉਹਦੇ ਪਾਪਾ ਨੂੰ ਲੈ ਜਾਂਦਾ ਹੁੰਦਾ ਜਗਦੀਪ ਤੇ ਉਹ ਜਦੋਂ ਵੀ ਮੈਨੂੰ ਮਿਲਦੀ ਆ ਉਹਨੇ ਜੋ ਉਹਦੇ ਹੱਥ 'ਚ ਹੋਣਾ ਉਹਨੇ ਮੇਰੇ ਲਵਾਉਣਾ ਵੀ ਤੂੰ ਮੇਰੇ ਪਾਪਾ ਨੂੰ ਲੈ ਕੇ ਜਾਂਦਾ ਅਤੇ ਮੈਨੂੰ ਤਾਂ ਬਿਲਕੁਲ ਨਹੀਂ ਚੰਗਾ ਮੰਨਦੀ ਰਬਾਬ ਬਟ ਜਿੰਨਾ ਜਗਦੀਪ ਟੈਲੈਂਟਡ ਆ ਉਹਦੇ ਨਾਲੋਂ ਮੈਂ ਕਹਿੰਦਾ ਉਚਾਰਤ ਹੀ ਵੱਧ ਆ ਅਤੇ ਉਹਨੇ ਜਿੰਨਾ ਸੋਹਣਾ ਕੰਮ ਇਸ ਫਿਲਮ ਦੇ ਵਿੱਚ ਕੀਤਾ ਉਹਦੇ ਤੁਸੀਂ ਮੋਂਟਾਜਿਸ ਦੇਖਿਓ ਗਾਣਾ ਵੇਖਿਓ ਅਤੇ ਉਹਨੇ ਪੂਰੇ ਫੀਲ ਨਾਲ ਅਤੇ ਪੂਰੀ ਸਮਝ ਨਾਲ ਸੋਚ ਸਮਝ ਨਾਲ ਵੀ ਉਹਦੀ ਪਹਿਲੀ ਦੂਜੀ ਫਿਲਮ ਲੱਗਦੀ ਨਹੀਂ ਪਈ ਚਲੋ ਵੈਰੀ ਗੁੱਡ ਰਬਾਬ ਨੇ ਬਹੁਤ ਅੱਛਾ ਕੀਆ ਗੁੱਡ ਸੇਮ ਦੇਖੋ ਆਹ ਹੁਣ ਨਾ ਥੱਲੇ ਪਹਿਲਾਂ ਥੱਲੇ ਪੂਰਾ ਬਹਿ ਕੇ ਪੂਰਾ ਬਾਹਰ ਖਿੱਚਿਓ ਅੱਧਾ ਸੀ ਨਾ ਹੁਣ ਪਹਿਲਾਂ ਪੂਰਾ ਬਾਹਰ ਖਿੱਚਿਓ ਕਿਉਂਕਿ ਉਹਨੂੰ ਤੁਸੀਂ ਇੱਕ ਬੱਚਾ ਉਹਨੂੰ ਜ਼ਿਆਦਾ ਫੋਰਸ ਨਹੀਂ ਕਰ ਸਕਦੇ ਬਟ ਜੇ ਤੁਹਾਨੂੰ ਜੋ ਚੀਜ਼ ਚਾਹੀਦੀ ਉਹ ਨਹੀਂ ਮਿਲੀ ਤਾਂ ਤੁਹਾਨੂੰ ਵੇਟ ਵੀ ਕਰਨਾ ਪੈਂਦਾ ਬਹੁਤ ਸਾਰੇ ਸੀਨ ਸੀਗੇ ਜਿਨ੍ਹਾਂ 'ਤੇ ਉਹਨੇ ਮੈਨੂੰ ਬਹੁਤ ਸਰਪ੍ਰਾਈਜ਼ ਵੀ ਕੀਤਾ ਕਿ ਮੈਨੂੰ ਲੱਗਦਾ ਸੀਗਾ ਕਿ ਡਿਫੀਕਲਟ ਹੈ ਟਾਈਮ ਲੱਗੂਗਾ ਬਟ ਉਹ ਬੜੀ ਛੇਤੀ ਕਰਤੇ ਉਹਨੇ ਬਹੁਤ ਵਧੀਆ ਪਰਫੋਰਮ ਕਰਤਾ ਐਕਸ਼ਨ ਫੌਜੀ ਤੂੰ ਅੱਜ ਫੇਰ ਸੁਪਨੇ 'ਚ ਹੀ ਆਇਆ ਫੌਜੀ ਤੂੰ ਅੱਜ ਫੇਰ ਸੁਪਨੇ ਦੇ ਵਿੱਚ ਹੀ ਆਇਆ ਨਮਾਜ਼ ਵਾਲੀ ਅੰਮੀ ਨੂੰ ਤਾਂ ਮੈਂ ਆਪ ਮਿੱਟੀ 'ਚ ਦੱਬਿਆ ਨਮਾਜ਼ ਵਾਲੀ ਅੰਮੀ ਨੂੰ ਤਾਂ ਮੈਂ ਆਪ ਮਿੱਟੀ 'ਚ ਦੱਬਿਆ ਉਹ ਤਾਂ ਹੁਣ ਆ ਨਹੀਂ ਸਕਦੀ ਉਹ ਤਾਂ ਹੁਣ ਆ ਨਹੀਂ ਸਕਦੀ ਸਭ ਕਹਿੰਦੇ ਆ ਤੂੰ ਗਵਾਚ ਗਿਆ ਸਭ ਕਹਿੰਦੇ ਤੂੰ ਗਵਾਚ ਗਿਆ ਤੂੰ ਕੋਈ ਜਵਾਕ ਹੈ ਜਿਹੜਾ ਗਵਾਚ ਗਿਆ ਤੂੰ ਕੋਈ ਜਵਾਕ ਹੈ ਜਿਹੜਾ ਗਵਾਚ ਗਿਆ ਜੇ ਰਾਹ ਭੁੱਲ ਗਿਆ ਤੇ ਕਿਸੇ ਨੂੰ ਪੁੱਛ ਕੇ ਆ ਜਾ ਪਰ ਪਾਪਾ ਬਣ ਕੇ ਆ ਜਾ ਨਾ ਸੋ ਵਧੀਆ ਐਕਸਪੀਰੀਅੰਸ ਸੀਗਾ ਬਟ ਆਹ ਪੰਜ ਦਿਨਾਂ ਦੇ ਬਾਅਦ ਜਿਹੜੀ ਪਹਿਲਾਂ ਦੀ ਰਬਾਬ ਸੀ ਜਿਹੜੀ ਆ ਪੰਜ ਦਿਨਾਂ ਦੇ ਬਾਅਦ ਦੀ ਰਬਾਬ ਹੈ ਮੈਂ ਉਹ 'ਚ ਬਹੁਤ ਚੇਂਜ ਮਤਲਬ ਦੇਖਿਆ ਉਹਨੂੰ ਇਸ ਕੰਮ ਦੇ ਬਾਰੇ ਪਤਾ ਲੱਗਿਆ ਕਿ ਇਹ ਕੰਮ 'ਚ ਕਿੰਨਾ ਹਾਰਡ ਵਰਕ ਹੈ ਉਹਨੂੰ ਆਪਣੇ ਆਪ ਦੀ ਰਿਸਪੋਂਸੀਬਿਲਟੀ ਮਤਲਬ ਉਹ ਇਸ ਫਿਲਮ ਨੇ ਉਹਦੀ ਲਾਈਫ 'ਤੇ ਮਤਲਬ ਕਾਫੀ ਜ਼ਿਆਦਾ ਇੰਪੈਕਟ ਪਾਇਆ ਉਹ ਚੇਂਜ ਹੋ ਕੇ ਗਈ ਹੈ ਸੈੱਟ ਤੋਂ ਤੇ ਹੋਪਫੁਲੀ ਕੰਮ ਜੋ ਕੀਤਾ ਉਹ ਦੇਖੋਗੇ ਆਈ ਲਿਸਨ ਟੂ ਹਿਮ ਹੀ ਡੋਨਟ ਲਿਸਨ ਟੂ ਹੀ ਡੋਨਟ ਲਿਸਨ ਟੂ ਯੂ ਨੋ ਯਾ ਆਮ ਜਸਟ ਆਮ ਕੈਮਰਾ ਐਕਸ਼ਨ ਆਈ ਲਵਡ ਵਰਕਿੰਗ ਵਿਦ ਹਰ ਉਹ 3-4 ਦਿਨ ਲਾਈਫ ਦੇ ਉਹ ਸੈੱਟ ਤੇ ਸੁਪਨੇ ਤੇ ਜਿਹੜੇ ਅਸੀਂ ਇਕੱਠੇ ਕੱਟੇ ਨਾ ਦੇ ਵਰ ਅਮੇਜ਼ਿੰਗ ਅਮੇਜ਼ਿੰਗ ਐਕਸ਼ਨ ਕੈਮਿਸਟਰੀ ਕਹਿਣ ਨੂੰ ਬੜਾ ਸੌਖਾ ਸ਼ਬਦ ਹੁੰਦਾ ਬੇਸਿਕਲੀ ਕੈਮਿਸਟਰੀ ਜਦੋਂ ਦੋ ਐਕਟਰ ਆਪਸ 'ਚ ਲਾਈਨ ਬੋਲਣਾ ਹੀ ਐਕਟਿੰਗ ਨਹੀਂ ਹੁੰਦੀ ਜਾਂ ਹੈ ਨਾ ਕਈ ਵਾਰੀ ਨਾ ਕੁਛ ਬੋਲਣਾ ਵੀ ਤੁਸੀਂ ਕੁਛ ਕਰ ਜਾਂਦੇ ਹੋ ਤਾਂ ਮੈਂ ਉਸ ਚੀਜ਼ ਨੂੰ ਕੈਮਿਸਟਰੀ ਮੰਨਦਾ ਕਿ ਉਹਨਾਂ ਦੀ ਅੱਖਾਂ ਅੱਖਾਂ 'ਚ ਤੁਸੀਂ ਜਦੋਂ ਗੱਲ ਕਰਦੇ ਉਹਨੂੰ ਆਪਾਂ ਕੈਮਿਸਟਰੀ ਕਹਿ ਸਕਦੇ ਹਾਂ ਦੋ ਜਣਿਆਂ ਦੀ ਬੌਂਡਿੰਗ ਕਹਿ ਸਕਦੇ ਤੇਜ਼ ਆਪਣੀ ਤਾਨੀਆਂ ਕਰ ਰਹੀ ਹੈ ਅਤੇ ਜੀਤ ਆਪਣਾ ਐਮੀ ਵਾਈ ਕਰ ਰਿਹਾ ਕਿਉਂਕਿ ਉਹ ਪਹਿਲਾਂ ਵੀ ਕਿਸਮਤ 'ਚ ਕੰਮ ਕਰ ਚੁੱਕੇ ਆ ਤਾਂ ਉਹ ਕੈਮਿਸਟਰੀ ਦੇਖਦੀ ਆ ਉਹਨਾਂ 'ਚ ਜਦੋਂ ਅਸੀਂ ਕਿਸਮਤ ਵੀ ਇਕੱਠੇ ਕੀਤੀ ਸੀ ਬਟ ਆਈ ਐਮ ਸ਼ੇਅਰਿੰਗ ਅ ਫੁੱਲ ਸਕਰੀਨ ਵਿਦ ਹਿਮ ਥਰੂ ਆਊਟ ਲਾਈਕ 2 ਆਵਰਸ ਸੋ ਇਟਸ ਅ ਡਿਫਰੈਂਟ ਹੈਪੀਨੈਸ ਵਿਦ ਖਿੱਚ ਧੂਕ ਜ਼ੋਰ ਲਾ ਕੇ ਉਹ ਲੱਗਦਾ ਹੀ ਨੀਗਾ ਕੋਈ ਮਤਲਬ ਰਿਲੇਸ਼ਨ ਵਾਲਾ ਕੁਛ ਹਨਾ ਤੇ ਉਹ ਐਂ ਲੱਗਦਾ ਵੀ ਮਤਲਬ ਤੁਸੀਂ ਲਾ ਲਓ ਵੀ ਇਹ ਕਿੱਥੇ ਸਟੂਡੈਂਟ ਜੀ ਲੱਗਦੀ ਹੈ ਮੈਨੂੰ ਨਿੱਕੀ ਜੀ ਵੀ ਮੈਂ ਉਹਦਾ ਮਾਸਟਰ ਹਾਂ ਅਤੇ ਉਹ ਮੇਰੀ ਸਟੂਡੈਂਟ ਉਹ ਤਾਂ ਐਕਟਿੰਗ ਬਹੁਤ ਕਰਨੀ ਪਈ ਸਾਨੂੰ ਸਰ ਸੁਣ ਲਈ ਵੀ ਕਿਸੇ ਸਿਆਣੇ ਕੀ ਕਹਿੰਦੀ ਸੁਣ ਲਈ ਤੁਸੀਂ ਕਹਿੰਦੇ ਕਿਸੇ ਸਿਆਣੇ ਨੂੰ ਮੈਂ ਕਿਉਂ ਉਹਨੂੰ ਦੱਬ ਕੇ ਹੁਣ ਵੇਖ ਗਏ ਜੀ ਜੀ ਕਰੇ ਮੈਂ ਕਾਹਦੀ ਡਾਕਟਰਾਂ ਦੀ ਕੁੜੀ ਬੋਥ ਆਰ ਵੈਰੀ ਪ੍ਰੋਫੈਸ਼ਨਲ ਐਕਟਰਸ ਦੇ ਅੰਡਰਸਟੈਂਡ ਉਹਨਾਂ ਨੂੰ ਫੀਲ ਪਤਾ ਹੋਇਆ ਕਿ ਸੀਨ ਦਾ ਫੀਲ ਕੀ ਹੈ ਕਿਵੇਂ ਮੋਟ ਕਰਨਾ ਹੈ plus you have a good director like Jagdeep guiding you so what can go wrong ਇੱਕ ਛੱਪੜ ਦੇ ਨਾ ਵਿਚਾਲੇ ਜਿਹਾ ਦਰਖਤ ਸੀਗਾ ਛੱਪੜ ਦੇ ਵਿਚਾਲੇ ਇਕੱਲਾ ਲਵਾਰਿਸ ਜਿਹਾ ਦਰਖਤ ਕਹਿੰਦੇ ਉੱਥੇ ਜਾਣਾ ਮੈਂ ਕਿਹਾ ਉੱਥੇ ਕਿਵੇਂ ਜਾਣਾ ਅਤੇ ਕਹਿੰਦੇ ਮੁੰਟਾ ਆ ਜਾਊਗਾ ਯਾਰ ਮੈਂ ਕਿਹਾ ਵੀ ਕੋਮਨ ਸੈਂਸ ਜੇ ਬੰਦੇ ਸੋਚਣਗੇ ਵੀ ਉੱਥੇ ਗਿਆ ਕਿਵੇਂ ਬੰਦਾ ਹੈ ਨਾ ਤੈਰ ਕੇ ਗਿਆ ਵੀ ਕੱਪੜੇ ਵੀ ਲੱਭੜੇ ਸੁੱਕਾ ਬੈਠਾ ਵੀ ਉਹ ਚੁੰਡ 'ਤੇ ਪਹੁੰਚ ਕਿਵੇਂ ਗਿਆ ਬੰਦਾ ਅਤੇ ਯਾਰ ਕਹਿੰਦੇ ਤੈਨੂੰ ਜਿੰਨਾ ਕਿਹਾ ਤੂੰ ਕਹਿੰਦੇ ਕਰ ਤੂੰ ਬਸ ਕਹਿੰਦਾ ਤੈਨੂੰ ਆਹ ਕਿਸ਼ਤੀ ਛੱਡੇ ਹੁੰਦੇ ਜਾ ਕੇ ਕਿਸ਼ਤੀ ਵੀ ਕਾਹਦੀ ਸੁੱਖ ਨਾ ਉਹ ਫਟੇ ਜੇ ਤੇ ਕਹਿੰਦੇ ਉਹ ਤਾਂ ਥੱਲੇ ਟੂਪਾਂ ਜਾਂ ਲਾਈਆਂ ਕਹਿੰਦੇ ਇਹ ਲੈ ਕੇ ਜਾਣਾ ਕਹਿੰਦਾ ਗਾਂ ਤੇ ਕਹਿੰਦਾ ਉੱਥੇ ਉਹਨੂੰ ਛੱਡ ਕੇ ਵਾਪਸ ਆਜੂਗਾ ਯਾਰ ਮੈਂ ਕਿਹਾ ਚੱਲ ਠੀਕ ਆ ਮੈਂ ਕਿਹਾ ਤੂੰ ਮੈਨੂੰ ਦੱਸ ਤੂੰ ਛੱਪੜ ਚੁੱਪੜ ਕਿੰਨਾ ਕਹਾਂ ਮੈਂ ਜੋਕਾਂ ਜਾਂ ਕਹੀਆਂ ਚਿੰਬੜ ਦੇ ਰਹੀ ਆ ਮੈਂ ਕਿੱਡੀ ਗੱਲ ਆ ਕਹਿੰਦਾ ਸੱਪ ਸੁੱਪ ਵੀ ਆ ਮੈਂ ਕਿਹਾ ਮੈਨੂੰ ਇਹਦੇ ਹੀ ਛੱਡ ਕੇ ਆਓ ਫਿਰ ਅਤੇ ਫਿਰ ਚੁੱਟ ਤੋਂ ਛੱਡ ਕੇ ਆਏ
ਤੇ ਫਿਰ ਉਸ ਤੋਂ ਬਾਅਦ ਚ ਉਹਦੇ ਤੇ ਮਤਲਬ ਕਾਈਂਡ ਆਫ ਥੋੜਾ ਡਾਂਸ ਸੀਕੁਐਂਸ ਵੀ ਸੀਗਾ ਮੇਰਾ ਤੇ ਤਾਨਿਆਂ ਦਾ ਉਸੇ ਮਤਲਬ ਕਿਸੇ ਹੋਰ ਗਾਣੇ ਵਾਸਤੇ ਉੱਥੇ ਸ਼ੀਸ਼ੇ ਸ਼ੂਸ਼ੇ 'ਚ ਲਾ ਕੇ ਉਹ ਮਤਲਬ ਬਹੁਤ ਸੋਹਣਾ ਕੋਰੋਗ੍ਰਾਫ ਕੀਤਾ ਸੀਗਾ ਤੇ ਉਹ ਇੱਕ ਪਾਸੇ ਨੂੰ ਜਾਇਆ ਕਰੇ ਤੂੰ ਇੱਕ ਪਾਸੇ ਨੂੰ ਹੋ ਜਾਇਆ ਕਰੇ ਦੂਜੇ ਪਾਸੇ ਨੂੰ ਜਾਇਆ ਕਰੇ ਦੂਜੇ ਪਾਸੇ ਨੂੰ ਹੋ ਜਾਇਆ ਕਰੇ ਤੇ ਉਹ ਬਹੁਤ ਜ਼ਿਆਦਾ ਔਖਾ ਉੱਥੇ ਮਤਲਬ ਸਟੇਬਲ ਕਰਨਾ ਵੀ ਬਹੁਤ ਜ਼ਿਆਦਾ ਔਖਾ ਸੀਗਾ ਤੇ ਅਸੀਂ ਉੱਥੇ ਡਾਂਸ ਕੀਤਾ ਮੈਂ ਤੇ ਤਾਨਿਆਂ ਨੇ ਭਾਈ ਸਾਹਿਬ ਉਹ ਪੰਕਚਰ ਹੋ ਜਾਏਗੀ ਇਸ ਮੈਂ ਲੱਗਦਾ ਫਿਲਮ ਦੇ ਗਾਣੇ ਜੋ ਬਣ ਗਏ ਸੀਗੇ ਅਤੇ ਮੈਂ ਜਦੋਂ ਮਤਲਬ ਰਾਈਟਿੰਗ ਕਰਦਾ ਫਿਲਮ ਦੀ ਸਟੋਰੀ ਲਿਖਦਾ ਤਾਂ ਮੈਂ ਗਾਣਿਆਂ ਦੇ ਵਿਜੂਅਲਸ ਵੀ ਲਿਖਦਾ ਮਤਲਬ ਮੇਰੀ ਆਦਤ ਹੈ ਕਿ ਜੇ ਗਾਣਾ ਸਕਰੀਨ ਪਲੇ ਦਾ ਪਾਰਟ ਹੈ ਤਾਂ ਮੈਂ ਉਹਦੇ ਵਿਜੂਅਲਸ ਉਹਦੇ ਮੂਮੈਂਟਸ ਆਪ ਲਿਖਦਾ ਬਟ ਮੈਨੂੰ ਸੀਗਾ ਕਿ ਯਾਰ ਵਿਜੂਅਲੀ ਕੋਈ ਬੰਦਾ ਜਿਹਨੇ ਪੰਜਾਬੀ ਇੰਡਸਟਰੀ 'ਚ ਕੰਮ ਨਾ ਕੀਤਾ ਹੋਵੇ ਜਿਹੜਾ ਪੰਜਾਬ ਨੂੰ ਥੋੜ੍ਹਾ ਅੱਡ ਤਰੀਕੇ ਨਾਲ ਦੇਖੇ ਸੋ ਮੈਨੂੰ ਇਹੋ ਜਿਹਾ ਕੋਰੀਓਗ੍ਰਾਫਰ ਚਾਹੀਦਾ ਸੀਗਾ ਜਿਹੜੇ ਸਾਡੇ ਛੜਾ ਦੇ ਪ੍ਰੋਡਿਊਸਰ ਹੈ ਪਵਨ ਗਿੱਲ ਮੈਂ ਉਹਨਾਂ ਨੂੰ ਕਿਹਾ ਔਰ ਕੁਦਰਤੀ ਉੱਦਣ ਹੀ ਉਹਨਾਂ ਨੂੰ ਤੁਸ਼ਾਰ ਨੇ ਕਿਹਾ ਸੀਗਾ ਵੀ ਮੈਂ ਵਧੀਆ ਪੰਜਾਬੀ ਫਿਲਮ ਹੋਵੇ ਤਾਂ ਮੈਂ ਕਰਨੀ ਹੈ ਵੀ ਮੈਂ ਤੁਸ਼ਾਰ ਨਾਲ ਮੀਟਿੰਗ ਕੀਤੀ ਮੈਂ ਉਹਨੂੰ ਗਾਣੇ ਸੁਣਾਏ ਉਹਨੂੰ ਗਾਣੇ ਪਸੰਦ ਆਏ ਟਰਾਈ ਕਰੇ ਕਿ ਕੁਛ ਨਿਆ ਕਰੇ ਕੁਛ ਹਮ ਕਥਕ ਕਰੇ ਉਸ ਕਰੇ ਔਰ ਸ਼ੀਜ਼ ਟਰਾਇੰਗ ਵੈਰੀ ਹਾਰਡ ਤਾਨੀਆ ਬਹੁਤ ਮਿਹਨਤ ਕਰ ਰਹੀ ਹੈ ਗਾਣੇ ਪੇ ਕਿਉਂਕਿ ਬਹੁਤ ਛੋਟੇ ਛੋਟੇ ਨੁਆਂਸਿਸ ਜੋ ਕਥਕ ਕੇ ਹਮਨੇ ਵੋ ਕਰੇ ਇਸ ਕਰੇ ਜੋ ਐਕਸਪ੍ਰੈਸ਼ਨਸ ਜੋ ਅਦਾ ਚਾਹੀਏ ਸੋ ਸ਼ੀਜ਼ ਵਰਕਿੰਗ ਵੈਰੀ ਹਾਰਡ ਔਨ ਇਟ ਰਾਈਟ ਨਾਓ ਲੈਟਸ ਸੀ ਹਾਊ ਇਟ ਗੋਜ਼ ਟੁਮਾਰੋ ਜੋ ਮੈਂ ਉਹਨਾਂ ਨੂੰ ਲਿਖ ਕੇ ਦਿੱਤਾ ਸੀਗਾ ਉਸ ਤੋਂ ਉਹਨਾਂ ਨੇ ਅਪ ਕੀਤਾ ਉਹ ਗਾਣਿਆਂ ਨੂੰ ਹਮੇਸ਼ਾ ਤੁਹਾਨੂੰ ਇਹ ਹੁੰਦਾ ਕਿ ਯਾਰ ਆ ਮੂਮੈਂਟਸ ਲਿਖ ਕੇ ਦਿੱਤੇ ਸੀ ਬਟ ਇਹ ਉਵੇਂ ਸਕਰੀਨ 'ਤੇ ਆਏ ਨਹੀਂ ਗੇ ਸੋ ਚਾਰ ਗਾਣੇ ਐਕਸਪੈਰੀਮੈਂਟ ਸੀਗਾ ਅਗੇਨ ਨਵੇਂ ਬੰਦੇ ਨਾਲ ਕੰਮ ਕਰਨਾ ਬਟ ਬਹੁਤ ਵਧੀਆ ਨਿਕਲ ਕੇ ਆਏ ਆ ਬਹੁਤ ਜੋ ਮੈਂ ਉਹਨਾਂ ਨੂੰ ਰੈਫਰੈਂਸ ਭੇਜੀ ਸੀ ਜੋ ਮੈਂ ਲਿਖਿਆ ਸੀਗਾ ਉਸ ਤੋਂ ਬਹੁਤ ਜ਼ਿਆਦਾ ਵਧੀਆ ਉਹਨਾਂ ਦੀ ਟੇਕਿੰਗ ਬਹੁਤ ਵਧੀਆ ਹੈ ਤੁਸ਼ਾਰ ਦੀ ਸੈਕਿੰਡ ਜਿਹੜੀ ਚੀਜ਼ ਮੈਨੂੰ ਸਭ ਤੋਂ ਵਧੀਆ ਲੱਗੀ ਉਹ ਬਹੁਤ ਘੱਟ ਟੂ ਘੱਟ ਸ਼ੂਟ ਕਰਦੇ ਆ ਕਿ ਜਿੰਨਾ ਜ਼ਰੂਰਤ ਹੈ ਉਨਾ ਹੀ ਸ਼ੂਟ ਕਰਦੇ ਆ ਔਰ ਡਰਦੇ ਨਹੀਂ ਗੇ ਮਤਲਬ ਕਿ ਟਿਪੀਕਲ ਸਟਾਈਲ 'ਚ ਨਹੀਂ ਗਾਣਾ ਸ਼ੂਟ ਕਰਦੇ ਗਾਣਾ ਮਹਿਹੂਲ ਨੇ ਕੀਤਾ ਅਤੇ ਮਹਿਹੂਲ ਨੇ ਕਿਸਮਤ ਵੀ ਕੀਤੀ ਸੀਗੀ ਸੋ ਮਹਿਹੂਲ ਨਾਲ ਮੇਰੀ ਵੀ ਬਹੁਤ ਪਹਿਲਾਂ ਤੋਂ ਬਹੁਤ ਵਧੀਆ ਟਿਊਨਿੰਗ ਹੈ ਸੋ ਉਹ ਵੀ ਗਾਣਾ ਬਹੁਤ ਟੱਚੀ ਜਿਹੇ ਮੂਮੈਂਟ ਹੈ ਬਟ ਬਹੁਤ ਵਧੀਆ ਨਿਕਲ ਗਿਆ ਹੈ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਓਏ ਅੰਮੀ ਮੇਰੀ ਮੈਂ ਸ਼ਾਇਦ ਹੀ ਅੱਜ ਤੱਕ ਕੋਈ ਇਹੋ ਜਿਹਾ ਗਾਣਾ ਜੋ ਇੱਕ ਮਾਂ ਦੇ ਲਈ ਜੋ ਇਸ ਗਾਣੇ ਦੇ ਅੰਦਰ ਸ਼ਬਦ ਭਾਅ ਜੀ ਨੇ ਯੂਜ਼ ਕੀਤੇ ਉਹ ਸ਼ਾਇਦ ਹੀ ਕਿਸੇ ਰਾਈਟਰ ਨੇ ਯੂਜ਼ ਕੀਤੇ ਹੋਣੇ ਮੈਨੂੰ ਆਏ ਸੀ ਜਦੋਂ ਮੈਂ ਮਾਂ 'ਤੇ ਗਾਣਾ ਲਿਖੂੰਗਾ ਅਤੇ ਐਸਾ ਲਿਖੂੰਗਾ ਕਿ ਲੋਕਾਂ ਨੂੰ ਰੋਣ 'ਤੇ ਮਜਬੂਰ ਕਰੇ ਸਿੱਧੀ ਜਿਹੀ ਗੱਲ ਆ ਹੈ ਨਾ ਅਤੇ ਉਹ ਵੀ ਮੈਂ ਚਾਹੁੰਦਾ ਸੀ ਇਹ ਚੀਜ਼ ਫਿਰ ਉਦੋਂ ਮੁੜ ਕੇ ਇੱਕ ਸੀਗਾ ਕਾਟਨ ਵਾਲਾ ਮਤਲਬ ਆਲੇ ਦੁਆਲੇ ਰੂਮ ਆਉਂਦਾ ਸੀਗਾ ਸਾਰੇ ਪਾਸੇ ਸਾਨੂੰ ਅਤੇ ਇੱਧਰ ਵੀ ਇੱਕ ਪੱਖਾ ਲੱਗਿਆ ਸੀ ਇੱਧਰ ਵੀ ਇੱਕ ਪੱਖਾ ਲੱਗਿਆ ਸੀਗਾ ਅਤੇ ਉਹਦੇ ਥੱਲੇ ਰੂਮ ਅੱਗੇ ਸੁੱਟੀ ਜਾਂਦੇ ਅਤੇ ਰੂਮ ਓਡਰ ਸਾਡੇ ਮੂੰਹ 'ਤੇ ਪਈ ਜਾਂਦਾ ਸੀ ਅਤੇ ਫਿਰ ਉਹ ਇੱਕ ਮਤਲਬ ਬਹੁਤ ਉਹ ਵਨ ਸ਼ੋਟ ਹੀ ਆ ਸਾਰਾ ਅਤੇ ਉਹ ਸਾਰਾ ਇੱਕ ਵਨ ਸ਼ੋਟ ਆ ਅਤੇ ਉਹਦੇ 'ਚ ਮਤਲਬ ਮੈਂ ਤਾਨਿਆਂ ਨੂੰ ਹੋਲਡ ਕਰਨਾ ਅਤੇ ਐਂ ਘੁੰਮਣਾ ਹੈ ਅਤੇ ਸਾਡੇ ਤੇ ਇੱਧਰੋਂ ਵੀ ਰੂਮ ਵੱਜਦਾ ਪਿਆ ਇੱਧਰੋਂ ਵੀ ਰੂਮ ਵੱਜਦਾ ਪਿਆ ਉਹ ਵੇਖਣ ਨੂੰ ਬਹੁਤ ਬਿਊਟੀਫੁਲ ਲੱਗਦਾ ਉਸ ਤੋਂ ਬਾਅਦ 'ਚ ਨਾ ਇੱਕ ਸਾਡਾ ਸੀਗਾ ਇੱਥੇ ਕਾਟਨ ਫੈਕਟਰੀ ਦੇ ਵਿੱਚ ਸ਼ੂਟ ਸੀਗਾ ਅਤੇ ਐਂ ਜਿਵੇਂ ਬੱਦਲ ਬਾਈ ਜੀ ਆ ਸਵੇਰੇ ਸਵੇਰੇ ਗਏ ਤਾਂ ਬੱਦਲ ਬਾਈ ਜੀ ਜਿੱਥੇ ਭੂੰਡੀਆਂ ਜਾਂ ਵਿੱਚ ਹੀ ਬੈਠੀਆਂ ਸੀ ਉਹਨਾਂ ਦੇ
ਤੇ ਮੁੜ ਕੇ ਧੁੱਪ ਨਿਕਲੀ ਤੇ ਭੂੰਡੀਆਂ ਖਿੜ ਗਈਆਂ। ਓਏ ਹੋਏ ਬੁਰਾ ਹਾਲ ਹੋ ਗਿਆ ਸਾਡਾ। ਉਸ ਤੋਂ ਬਾਅਦ 'ਚ ਕਦੇ ਕਿੱਥੇ ਵੜ ਭੂੰਡੀਆਂ ਕੱਢਦੇ ਫਿਰੀਂਗੇ, ਕਦੇ ਸਿਰ 'ਚ ਵੜ ਗਈ ਪੱਗ ਲਾ ਲਈ, ਕਦੇ ਕੁਛ ਕਰ ਲਈਏ, ਤੇ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਸਾਡਾ ਉੱਥੇ। ਸਾਰੇ ਚੈਲੇਂਜਸ ਇੱਕ ਪਾਸੇ, ਮਿਊਜ਼ਿਕ ਨੂੰ ਉਸ ਲੈਵਲ ਦੀ ਵੀਡੀਓ ਦੇਣ ਵਾਸਤੇ ਸਾਡੇ ਐਫਰਟਸ ਇੱਕ ਪਾਸੇ। ਸੋ ਤੁਸ਼ਾਰ ਦੀ ਉਹ ਵਿਜੂਅਲਾਈਜੇਸ਼ਨ ਸੀ ਇੱਕ ਕਿੱਦਾਂ ਡ੍ਰੀਮ ਨੂੰ ਉਹਨੇ ਐਕਚੁਅਲ 'ਚ ਰਿਪ੍ਰਜੈਂਟ ਕੀਤਾ, ਦੈਨ ਬਿਊਟੀ ਸ਼ਾਟਸ ਜਿਹੜੇ ਲਿੱਤੇ ਗਏ ਨੇ। ਰੋਲ ਕੈਮਰਾ। ਐਮੀ ਦੇਖੋ, ਮੈਂ ਬੰਬੇ 'ਚ ਵੀ ਪਹਿਲਾਂ ਅਸੀਂ ਮਿਲ ਚੁੱਕੇ ਹਾਂ। ਬਹੁਤ ਹੀ ਨਾਈਸ ਹਿਊਮਨ ਬੀਂਗ ਐਂਡ ਸਾਰਿਆਂ ਨੂੰ ਪਤਾ ਹੀ ਹੈ ਕਿੰਨੇ ਟੈਲੈਂਟਡ ਆ ਉਹ, ਅਤੇ ਮੈਂਟੂ ਅੱਜ ਪਹਿਲੀ ਵਾਰੀ ਮਿਲਿਆ, ਵੈਰੀ ਟੈਲੈਂਟਡ। ਤੁਸੀਂ ਦੇਖੋਗੇ ਸੀਕੁਐਂਸ ਜਿਹੜਾ ਕੀਤਾ ਵੀ ਦੋਨਾਂ ਦਾ ਆਪਸ ਵਿੱਚ ਤਾਲਮੇਲ ਜਿੰਨੀ ਜਾਂ ਕੰਟਰੀਬਿਊਸ਼ਨ ਇੱਕ ਦੂਜੇ, ਕਿਉਂਕਿ ਅਸੀਂ ਜੋ ਵੀ ਕੁਛ ਸੋਚਦੇ ਹਾਂ ਫਾਈਨਲੀ ਉਹ ਐਕਟਰ ਸਕਰੀਨ 'ਤੇ ਲੈ ਕੇ ਆਉਂਦੇ ਆ। ਉਹਨਾਂ ਦੀ ਡੈਡੀਕੇਸ਼ਨ ਕਿ ਉਹ ਇੱਕ ਛੋਟੇ ਜਿਹੇ ਸੀਨ ਨੂੰ ਲੈ ਕੇ ਉਹਨਾਂ ਨੇ ਮੇਰੇ ਨਾਲ ਇੰਨਾ ਡਿਸਕਸ਼ਨ ਕੀਤਾ, ਉਹਨਾਂ ਮੈਂ ਉਸ ਸੀਨ ਬਾਰੇ ਨਹੀਂ ਸੋਚਿਆ ਜਿੰਨਾ ਉਹਨਾਂ ਨੇ ਸੋਚਿਆ ਕਿ ਨਹੀਂ ਆਹ ਨਹੀਂ ਹੋਣਾ ਚਾਹੀਦਾ, ਓਵਰ ਨਹੀਂ ਲੱਗਣਾ ਚਾਹੀਦਾ, ਇੰਨਾ ਹੀ ਹੋਣਾ ਚਾਹੀਦਾ। ਸਡਨਲੀ ਡੰਡੇ ਦੇ ਪੈਰ ਆਇਆ, ਹੁਣ ਡੰਡਾ ਹੁਣ ਤੂੰ ਚੱਕਿਆ ਕਰੈਕਟ ਇਹਨੂੰ ਇਹਨੂੰ ਜਿੱਦਾਂ ਇਹਦਾ ਇਹ ਦੋਨੇ ਤੋਂ ਦੌੜ ਗਿਆ। ਮੇਰੇ ਤੋਂ ਵੀ ਆਲਮੋਸਟ ਇੱਕ ਘੰਟਾ ਪਹਿਲਾਂ ਉਹ ਸੈੱਟ 'ਤੇ ਪਹੁੰਚੇ ਸੀ। ਸੋ ਬੁਰਾ ਲੱਗਿਆ ਸੀ ਮੈਨੂੰ ਕਿ ਯਾਰ ਇਸ ਏਜ ਦੇ ਵਿੱਚ ਇੰਨਾ ਕੰਮ ਕਰਕੇ ਵੀ ਉਹਨਾਂ ਦੇ ਵਿੱਚ ਆਹ ਡੈਡੀਕੇਸ਼ਨ ਹੈ, ਕੰਮ ਦੇ ਪ੍ਰਤੀ ਆ ਇਮਾਨਦਾਰੀ ਹੈ, ਸ਼ਾਇਦ ਇਸੇ ਲਈ ਉਹ ਅੱਜ ਇੱਥੋਂ ਤੱਕ ਹੈ। ਅਤੇ ਹੋਪ ਕਦੇ ਅਸੀਂ ਵੀ ਇੰਨੇ ਡੈਡੀਕੇਟ ਹੋ ਸਕਾਂਗੇ। ਫੀਲ ਆਉਣਾ ਸੀਗਾ ਓਰੀਜਨਲ ਆਉਣਾ ਸੀ, ਭਗਾ ਭਗਾ ਭੇਡਾਂ 'ਚ ਮਾਰੇ, ਭੇਡਾਂ 'ਤੇ ਪੂਰੇ ਹਾਈ ਸਪੀਡ ਐਕਸ਼ਨ ਦਿੱਤੇ ਉਹਦੇ 'ਚ ਭੇਡਾਂ ਦੇ, ਵੇਖਿਆ ਤੂੰ ਜਦੋਂ ਫਿਲਮ ਜਿਨ੍ਹਾਂ ਨੇ ਨਹੀਂ ਵੇਖਿਆ ਜੇ ਐਕਸ਼ਨ ਚੱਕੋ ਵਾਪਸ। ਇਜ਼ ਵੈਰੀ ਡਾਊਨ ਟੂ ਅਰਥ, ਉਹਨੇ ਹਮੇਸ਼ਾ ਉਹ ਉਸ ਜਗ੍ਹਾ ਕੇ ਹਿਸਾਬ ਸੇ ਹੀ ਕੰਮ ਕਰਦੇ ਹੈ, ਜਾਂ ਸੈਟਅਪ ਕੇ ਹਿਸਾਬ ਸੇ, ਜਾਂ ਕਿਸ ਫਲੇਵਰ ਕੋ ਸਮਝਦੇ ਹੈ। ਬੀਇੰਗ ਅ ਪੰਜਾਬੀ ਹਿਮਸੈਲਫ ਤੋ ਉਨਕੋ ਉਹ ਫਲੇਵਰ ਵੀ ਪਤਾ ਹੈ। ਯਹਾਂ ਪਰ ਵੀ ਇੱਕ ਛੋਟਾ ਸਾ ਹੀ ਸੀਕੁਐਂਸ ਥਾ, ਲੇਕਿਨ ਉਹਨੇ ਬਹੁਤ ਇੰਟਰਸਟਿੰਗਲੀ ਔਰ ਬਹੁਤ ਹੀ ਉਸ ਇੱਕ ਦੇਸੀ ਫਲੇਵਰ ਕੇ ਸਾਥ ਉਸਕੋ ਸ਼ੂਟ ਕੀਆ, ਜੋ ਮਜ਼ਾ ਆਇਆ। ਮਤਲਬ ਆਈ ਮੀਨ ਆਪ ਇੱਕ ਨਾਰਮਲ ਰੂਟੀਨ ਕੰਮ ਕਰਕੇ ਸਡਨਲੀ ਬੀਚ ਮੇਂ ਜਬ ਆਪ ਐਕਸ਼ਨ ਕਰਤੇ ਹੋ ਤੋ ਵੋ ਇੱਕ ਵੈਲਕਮ ਚੇਂਜ ਹੋ ਜਾਤਾ ਹੈ। ਇਟਸ ਸਮਥਿੰਗ ਡਿਫਰੈਂਟ ਫਾਰ ਯੂ। ਸਿਨੇਮੈਟੋਗ੍ਰਾਫੀ ਵਿਨੀਤ ਨਾਲ ਮੈਂ ਪਹਿਲਾਂ ਛੜਾ ਕੀਤੀ ਹੈ, ਸਾਡੀ ਦੂਜੀ ਫਿਲਮ ਹੈ। ਮੈਨੂੰ ਯਾਦ ਹੈ ਛੜਾ 'ਚ ਅਸੀਂ ਕੋਈ ਕੋਈ ਸੀਨਾਂ 'ਤੇ ਫਸ ਜਾਂਦੇ ਸੀ ਇੱਕ ਦੂਜੇ ਨੂੰ ਲੈ ਕੇ, ਹੈ ਨਾ। ਮੈਂ ਕੰਟੈਂਟ ਨੂੰ ਲੈ ਕੇ ਸੀ, ਉਹ ਵਿਜ਼ੂਅਲਸ ਨੂੰ ਲੈ ਕੇ ਹੁੰਦਾ ਸੀਗਾ। ਬਟ ਫਿਲਮ ਕਰਦੇ ਕਰਦੇ ਛੜੇ 'ਚ ਸਾਡੀ ਟਿਊਨਿੰਗ ਬੈਟਰ ਹੋ ਗਈ ਸੀਗੀ। ਸੋ ਸੁਫਨਾ 'ਚ ਅਸੀਂ ਦੋਨੇ ਬਹੁਤ ਸੌਟਿਡ ਸੀ ਪਹਿਲੇ ਦਿਨ ਤੋਂ ਹੀ। ਮੈਂ ਬਹੁਤ ਕਲੀਅਰ ਸੀ ਇਸ ਚੀਜ਼ ਨੂੰ ਲੈ ਕੇ ਕਿ ਫਿਲਮ ਦਾ ਲੁੱਕ ਵੱਡਾ ਹੋਣਾ ਚਾਹੀਦਾ, ਫਿਲਮ ਦੇ ਲੁੱਕ 'ਤੇ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ। ਸੋ ਵੀ ਡਿਸਾਈਡਿਡ ਕਿ ਕੰਟੈਂਟ ਦਾ ਧਿਆਨ ਮੈਂ ਰੱਖੂੰਗਾ ਐਂਡ ਗ੍ਰੈਂਜਰ ਦਾ ਧਿਆਨ ਵਿਨੀਤ ਨੇ ਰੱਖਣਾ। ਸੋ ਦੈਨ ਅਸੀਂ ਡਿਸਕਸ ਕਰਕੇ ਵੀ ਕੀ ਕਰਨਾ, ਕਿੰਨਾ ਕਰਨਾ, ਕੀ ਨਹੀਂ ਕਰ ਸਕਦੇ, ਬਹੁਤ ਲਿਮਿਟਡ ਬਜਟ 'ਚ ਕੀ ਸਾਡੇ ਕੋਲ ਇਕਿਊਪਮੈਂਟ ਹੈ, ਕੀ ਅਸੀਂ ਅਚੀਵ ਕਰ ਸਕਦੇ ਹਾਂ। ਸੋ ਹੁਣ ਸਾਡੀ ਬਹੁਤ ਵਧੀਆ ਟਿਊਨਿੰਗ ਹੈ, ਇੱਕ ਦੂਜੇ ਨੂੰ ਸਮਝਦੇ ਹਾਂ। ਸੋ ਬਹੁਤ ਵਧੀਆ ਮਜ਼ਾ ਆਇਆ ਫਿਲਮ ਕਰਕੇ। ਸੁਫਨੇ ਬਾਰੇ ਜਦੋਂ ਮੈਨੂੰ ਮਿਲੀ ਪਹਿਲਾਂ ਤਾਂ ਮੈਨੂੰ ਯਕੀਨ ਜਿਹੀ ਨਾ ਆਵੇ ਯਾਰ, ਐਡੀ ਛੇਤੀ ਤਾਂ ਨਹੀਂ ਕੋਈ ਫਿਲਮ ਮਿਲਦੀ ਹੁੰਦੀ। ਹੈ ਬਾਬਾ ਅਲੈਕਸਾ ਅਲੈਕਸਾ, ਕਿਉਂਕਿ ਟਾਈਮ ਬਹੁਤ ਘੱਟ ਰਹਿ ਗਿਆ ਸੀ, ਮੇਰੀ ਤਾਂ ਲੋਟਰੀ ਨਿਕਲੀ ਹੈ ਇਸ ਕਰੈਕਟਰ ਦੀ। ਜਿਹੜਾ ਜਗਜੀਤ ਸੰਧੂ ਦਾ ਕਰੈਕਟਰ ਸੀਗਾ ਉਹ ਫਿਲਮ ਦੇ ਵਿੱਚ ਡੌਗ ਲਵਰ ਦਿਖਾਇਆ, ਅਤੇ ਕੁੱਤਿਆਂ ਵਾਲਾ ਸਰਦਾਰ ਹਾਂ ਮੈਂ, ਆ ਬੈਠਾ ਇੱਕ, ਅਤੇ ਪਿੱਛੇ ਆਪਣਾ ਯਾਮਾ ਖੜਾ, ਉਹ ਵੀ ਉੱਥੇ ਪਿੱਛੇ ਲਿਖਿਆ ਕੁੱਤਿਆਂ ਵਾਲਾ ਸਰਦਾਰ। ਨਜ਼ਾਰਾ ਹੀ ਬਹੁਤ ਆ ਰਿਹਾ, ਚਕਾਤਾ ਸੀ ਉਹ ਇਹਨੇ ਅੱਗੋਂ ਮੋਟਰਸਾਈਕਲ, ਮੈਂ ਕਿਹਾ ਚਲ ਸ਼ੂਟ ਕਰਨਾ ਇਹਦੇ ਨਾਲ। ਇੱਕ ਕਰੈਕਟਰ ਨੂੰ ਬੜੀ ਸ਼ੇਪ ਦਿੱਤੀ ਹੋਈ ਆ ਕੁੱਤਿਆਂ ਵਾਲਾ ਸਰਦਾਰ, ਕੁੱਤੇ ਬਹੁਤ ਪਸੰਦ ਆ, ਉਹਦੀ ਹਰ ਗੱਲ 'ਚ ਕੁੱਤੇ ਹੀ ਹੁੰਦੇ ਆ ਬੇਸਿਕਲੀ, ਕੁੱਤਿਆਂ ਤੋਂ ਹੀ ਗੱਲ ਸ਼ੁਰੂ ਕਰਦਾ ਅਤੇ ਕੁੱਤਿਆਂ 'ਤੇ ਖਤਮ ਕਰਦਾ। ਜਦੋਂ ਬੰਦੇ ਦਾ ਆਪਦਾ ਇੰਟਰਸਟ ਡੌਗ 'ਚ ਹੋਵੇ ਤਾਂ ਮੈਨੂੰ ਚਾਹੀਦਾ ਸੀਗਾ ਕਿ ਯਾਰ ਉਹ ਇਹੋ ਜਿਹੇ ਆਰਟਿਸਟ ਦੇ ਬਾਰੇ ਗੱਲ ਕਰੇ ਜਿਨ੍ਹਾਂ ਕੋਲ ਡੌਗਸ ਹੈ। ਸੋ ਸਰਗੁਣ ਮਹਿਤਾ, ਸੋਨਮ ਬਾਜਵਾ, ਵਾਮਿਕਾ ਗੱਬੀ ਐਂਡ ਸਰਾ ਗੁਰਪਾਲ, ਸੋ ਮੈਂ ਇਹਨਾਂ ਨਾਲ ਗੱਲ ਕਰੀ, ਇਹਨਾਂ ਦੇ ਡੌਗਸ ਦੇ ਨਾਮ ਪੁੱਛੇ ਐਂਡ ਉਹ ਸਾਡੀ ਫਿਲਮ ਦੇ ਵਿੱਚ
ਉਸ ਕਰੈਕਟਰ ਦੀ ਲਾਈਫ ਦਾ ਪਾਰਟ ਬਣਾਇਆ ਸੋ ਜੋ ਬਹੁਤ ਵਧੀਆ ਨਿਕਲ ਕੇ ਆਇਆ ਫਿਲਮ ਦੇ ਵਿੱਚ ਟੇਕ 3 ਐਕਸ਼ਨ ਆ ਤੇਰੀ ਮਾਂ ਦੀ ਫੋਟੋ ਕੀ ਕਰਦੀ ਹੈ ਫੋਨ 'ਚ ਮੇਰੀ ਮਾਂ ਹੈ ਧਿਆਨ ਨਾਲ ਦੇਖੀ ਸ਼ਕਲ ਮਿਲਦੀ ਹੈ ਉਹ ਸਾਰਾ ਗੁਰਪਾਲ ਹੈ ਉੱਤੇ ਕਰਕੇ ਰੱਖੀ ਆ ਫੋਟੋ ਆਹੋ ਮੈਂ ਤਾਂ ਰੋਟੀ ਨੂੰ ਚੋਚੀ ਕਹਿੰਨੀ ਆ ਹੈਨਾ ਕੁੱਤੇ ਕਰਕੇ ਰੱਖੀ ਹੈ ਕੁੱਤਾ ਤੂੰ ਆਪ ਹੈ ਮੈਨੂੰ ਕਰੈਕਟਰ 'ਚ ਖਾਸੀਅਤ ਇਹ ਲੱਗਦੀ ਹੈ ਕਿ ਇਹਦੇ ਕੋਲ ਕਰਨ ਨੂੰ ਬਹੁਤ ਕੁਛ ਹੈ ਜਿਹੜੀ ਇਹ ਸਾਈਕੋਲੋਜੀ ਇਹਦੀ ਬੜੀ ਵੱਖਰੀ ਹੈ ਫਿਲਮ ਦਾ ਜਿਹੜਾ ਟ੍ਰੀਟਮੈਂਟ ਹੈ ਬਾਕੀ ਸਾਰੇ ਗਰੀਬ ਨੇ ਇਹ ਥੋੜ੍ਹਾ ਜਿਹਾ ਵਧੀਆ ਕਰੋ ਹੈ ਐਕਸ਼ਨ ਜਗੀ ਕੁੜੀ ਕੌਣ ਕਿਹੜੇ ਟਾਈਮ ਪਤਾ ਨਹੀਂ ਕੀ ਬੋਲ ਦੇਵੇ ਥੋੜ੍ਹਾ ਜਿਹਾ ਫਲਰਟੀ ਹੈ ਮਤਲਬ ਸੀਰੀਅਸ ਨਹੀਂ ਲੈਂਦਾ ਕੁੜੀਆਂ ਨੂੰ ਕੁੜੀਆਂ ਬੁੜੀਆਂ ਜੋ ਮੂਹਰੇ ਆਉਂਦਾ ਸਭ ਨੂੰ ਛੇੜਦਾ ਹੈਲੋ ਵਾਟ ਇਜ਼ ਦਿਸ ਨਰਮਾ ਵਿੱਚ ਛੱਡੀ ਜਾਂਦੀ ਹੋ ਧਿਆਨ ਨਾਲ ਹੀ ਕਿਉਂ ਹੁੰਦਾ ਇੱਕ ਸੀਨ ਕਰਾਤਾ ਇਹਨਾਂ ਨੇ ਮੈਨੂੰ ਪਿੱਟ ਪੁੱਲ ਲਿਆ ਕੇ ਬੰਨਤਾ ਮੇਰੇ ਪੈਰਾਂ 'ਚ ਅਤੇ ਮੈਨੂੰ ਐਂ ਲੱਗਿਆ ਹੁਣ ਖਾ ਗਿਆ ਹੁਣ ਖਾ ਗਿਆ ਹੁਣ ਖਾ ਗਿਆ ਪਰ ਨਹੀਂ ਉਹ ਚੰਗਾ ਸੀਗਾ ਉਹੀ ਕਈ ਵਾਰ ਤਾਂ ਵੈਸੇ ਹੀ ਬਦਨਾਮ ਕੀਤੇ ਹੁੰਦੇ ਕਹਿੰਦੇ ਆ ਕਿ ਹਰ ਕੁੱਤਾ ਹੋ ਜਾ ਨਹੀਂ ਹੁੰਦਾ ਅਤੇ ਇੱਕ ਮੇਰਾ ਫੇਵਰੇਟ ਸੀਨ ਹੈ ਜਿਹੜਾ ਕਿ ਜੱਗੇ ਦਾ ਟੂਣੇ ਵਾਲਾ ਸੀਨ ਹੈ ਉਸ ਚੀਜ਼ ਨੂੰ ਦੇਖ ਕੇ ਮੈਂ ਖੁਦ ਕਿਹਾ ਜਗਦੀਪ ਨੂੰ ਮੈਂ ਕਿਹਾ ਯਾਰ ਆਹ ਚੀਜ਼ ਜਿਹੜੀ ਹੋ ਗਈ ਮੈਂ ਬਹੁਤ ਖੁਸ਼ ਹਾਂ ਅੱਜ ਲਿਟਰਲੀ ਮੈਨੂੰ ਲੱਗ ਰਿਹਾ ਹਾਂ ਕਿ ਜੇ ਮੈਂ ਖੁਦ ਐਜ਼ ਐਨ ਆਡੀਅੰਸ ਵੀ ਦੇਖਾਂ ਬਿਕੋਜ਼ ਸੋ ਫਾਰ ਮੈਂ ਆਡੀਅੰਸ ਹੀ ਹਾਂ ਦੇਖੋ ਟੂਣੇ ਨਾਲ ਵੱਡੀ ਹੁੰਦੀ ਹੈ ਘਰ ਵਾਲੀ ਸਭ ਤੋਂ ਵੱਡਾ ਟੂਣਾ ਤਾਂ ਉਹੀ ਹੁੰਦੀ ਹੈ ਜਿਹੜੀ ਤੁਹਾਨੂੰ ਕੰਟਰੋਲ ਕਰਦੀ ਹੈ ਤੁਸੀਂ ਕਿਸੇ ਦੇ ਟੂਣੇ ਜਿੰਨੇ ਮਰਜ਼ੀ ਕਰੀ ਜਾਓ ਪਰ ਉਹਨੇ ਤੁਹਾਨੂੰ ਕੰਟਰੋਲ ਕਰਨਾ Yeah, today is my scene. I am going to perform very well. I know this is the best scene of the whole cinema of the world. Thank you. Phir jaake, phir jaake. Piyo, 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 piyo. Stupid kid. Stupid kid. ਕੁੰਦਾ ਵੀ ਕੰਮ ਕਰਦੇ ਹੋ ਕੰਮ ਸਵਾਦ ਆ ਰਿਹਾ ਹਾਸਾ ਠੱਠਾ ਹੋ ਰਿਹਾ ਵਧੀਆ ਮਤਲਬ ਰਿਲੈਕਸ ਹੋ ਕੇ ਲੱਗਦਾ ਵੀ ਹਾਂ ਯਾਰ ਇਹ ਆਰਟ ਦਾ ਫੀਲਡ ਹੈ ਸਿਨੇਮਾ ਦਾ ਫੀਲਡ ਹੈ ਉਹਨਾਂ ਦਾ ਕਰੈਕਟਰ ਫਿਲਮ ਕਰਦੇ 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 ਬਣਿਆ ਪਹਿਲਾਂ ਤੋਂ ਔਨ ਪੇਪਰ ਉਹ ਇੰਨਾ ਵਧੀਆ ਕਰੈਕਟਰ ਨਹੀਂ ਸੀਗਾ ਜਿੰਨਾ ਨਿਕਲ ਕੇ ਆਇਆ ਬਹੁਤ ਜ਼ਿਆਦਾ ਲਾਈਨਾਂ ਨੇਗੀਆਂ ਬਟ ਬਾਈ ਨੇ ਬਹੁਤ ਵਧੀਆ ਪਰਫੋਰਮ ਕੀਤਾ ਅੱਜ ਅਸੀਂ ਕਬਰਿਸਤਾਨ ਸ਼ੂਟ ਕਰ ਰਹੇ ਹਾਂ ਅਤੇ ਇਹ ਸਾਡਾ ਪੁਰਾਣਾ ਪਿੰਡ ਹੈ ਗੁਲਾਬੇ ਵਾਲਾ ਇਹ ਕਬਰਿਸਤਾਨ ਦੀਆਂ ਵੀ ਬਚਪਨ ਤੋਂ ਮੇਰੇ ਮਾਇੰਡ 'ਚ ਕੁਛ ਇਮੇਜਾਂ ਬਣੀਆਂ ਹੋਈਆਂ ਸੀਗੀਆਂ ਕਿਉਂਕਿ ਮੇਰੇ ਦਾਦਾ ਜੀ ਦੀ ਉਮਰਾਂ ਦੇ ਭਰਾ ਸੀ ਉਹ ਵੀ ਬਹੁਤ ਛੋਟੀ ਉਮਰ ਉਹਨਾਂ ਦੀ ਡੈਥ ਹੋ ਗਈ ਸੀ ਅਤੇ ਉਹਨਾਂ ਦੀ ਵੀ ਇੱਥੇ ਹੀ ਕਬਰ ਹੋਣੀ ਹੈ ਮੇਰੇ ਪੜਦਾਦਾ ਜੀ ਦੀ ਵੀ ਇੱਥੇ ਹੀ ਕਬਰ ਹੈ ਆਪਣੇ ਤਿੰਨਾਂ 'ਚੋਂ ਹੀ ਹੈ ਆਪਣੇ ਤਿੰਨਾਂ 'ਚੋਂ ਹੀ ਕੋਈ ਮੇਰੇ ਪਿੰਡ ਦੇ ਬਹੁਤ ਸਾਰੇ ਲੋਕ ਆਏ ਆ ਦੇਖਣ ਨੂੰ ਅਤੇ ਇਹਨਾਂ ਨੂੰ ਪਤਾ ਵੀ ਨਹੀਂ ਹੋਣਾ ਸ਼ਾਇਦ ਮੈਂ ਇਸ ਪਿੰਡ ਦਾ ਅਤੇ ਬੜਾ ਮੇਰੇ ਲਈ ਬੜਾ ਇੰਪੋਰਟੈਂਟ ਜਿਹਾ ਮਤਲਬ ਇੱਕ ਮੂਵਮੈਂਟ ਹੈ ਲਾਈਫ ਦਾ ਜਗਦੀਪ ਬਾਈ ਦੀ ਖਾਸੀਅਤ ਇਹ ਹੈਗੀ ਹੈ ਵੀ ਉਹ ਬੜੇ ਠੰਡੇ ਮਤੇ ਨਾਲ ਕੰਮ ਕਰਾਉਂਦੇ ਆ ਕੋਈ ਟੈਨਸ਼ਨ ਨਹੀਂ ਪਾਉਂਦੇ ਉਹ ਬਸ ਦੱਸ ਦਿੰਦੇ ਵੀ ਯਾਰ ਆਹ ਐਂ ਕਰਨਾ ਹੋਊਗਾ ਤੁਸੀਂ ਉਹਨੂੰ ਇਸ ਤਰ੍ਹਾਂ ਦਾ ਥੋਟ ਦੇ ਦਿਓ ਅਤੇ ਐਮੀ ਬਾਈ ਵਧੀਆ ਮਤਲਬ ਗੱਲਾਂ ਬਾਤਾਂ ਖੁੱਲ੍ਹ ਕੇ ਕਰਦੇ ਆ ਜਗਜੀਤ ਸੰਧੂ ਆ ਅਸੀਂ ਤਿੱਕੜੀ ਸਾਡੀ ਹੈਗੀ ਹੈ ਇਹਦੇ ਵਿੱਚ ਫਿਲਮ ਦੇ ਵਿੱਚ ਅਤੇ ਬੜਾ ਮਸਤ ਮਾਹੌਲ ਹੈ ਬਾਕੀ ਰੱਬ ਮਿਹਰ ਕਰਕੇ ਸਭ ਤੋਂ ਜੋ ਮੇਰੇ ਲਈ ਮੁਸ਼ਕਿਲ ਸੀਗਾ ਉਹ ਹੈ ਮਿੰਟੂ ਕਾਪਾ ਉਹ ਮੈਂ ਘੱਟੋ ਘੱਟ 15 to 20 ਆਡੀਸ਼ਨ ਲੈ ਲਏ ਸੀਗੇ ਬਟ ਮੈਂ ਸੈਟਿਸਫਾਈ ਨਹੀਂ ਸੀਗਾ ਕਿ ਕਿਉਂਕਿ ਉਹ ਮੈਨੂੰ ਇਹੋ ਜਿਹਾ ਕਰੈਕਟਰ ਚਾਹੀਦਾ ਸੀਗਾ ਜਿਹੜਾ ਦੋਨੇ ਸ਼ੇਡ ਪਲੇ ਕਰ ਸਕੇ ਜਿਹੜਾ ਸ਼ਕਲ ਤੋਂ ਬਹੁਤ ਭੋਲਾ ਵੀ ਲੱਗੇ ਔਰ ਜਦੋਂ ਉਹਦਾ ਟ੍ਰਾਂਜੀਸ਼ਨ ਆਉਂਦਾ ਤਾਂ ਉਹ ਫਿਰ ਬਹੁਤ ਮਤਲਬ ਗੁੰਡਾ ਵੀ ਲੱਗੇ ਵਿਲਨ ਵੀ ਲੱਗੇ ਬਹੁਤ ਥੋੜ੍ਹੇ ਚਾਰ ਪੰਜ ਸੀਨ ਆ ਉਹਦੇ ਬਟ ਬਹੁਤ ਇੰਪੈਕਟਫੁੱਲ ਅਤੇ ਬਹੁਤ ਇੰਪੋਰਟੈਂਟ ਫਿਲਮ ਦਾ ਦਾਰੋਮਦਾਰ ਖੜਿਆ ਸੀਗਾ ਉਸ ਸੀਨ 'ਤੇ ਅਤੇ ਮੈਨੂੰ ਯਾਦ ਹੈ ਉਹਦੇ 'ਚ ਇੱਕ ਸੀਨ ਹੈ ਜਿਹਦੇ 'ਚ ਉਹਦਾ
चेंज ओवर है उस करैक्टर दा। यार पढ़ोती क्या है? एटी मेरी सारी अक्ल लगी है तेनू। मिंटू नाल असी सब तो पहला वही सीन शूट कीता सीगा ते वो तो पहला जो शॉट होया सीगा उदो मैंने पहली बारी फील आई सीगी कि यार ये फिल्म वधिया बनूगी। एंड मैं एमी उस दिन शूट ते नहीं सीगा एंड मैं एमी नू मैसेज कीता सीगा कि हुण ठीक है कम। सो क्योंकि वो करैक्टर फिल्म फ्लैट भी सैट सकता सी, फिल्म नू चक भी सकता सी। सो मिंटू ने वो करैक्टर बहुत बहुत ज़्यादा वधिया वधिया कीता। सो अलावा फिल्म दे विच गैसट अपीयरेंस है जैसमीन बाजवा। करमजीत अनमोल हेलो दी लगती है आ कि तिखर दुपहरे चंद चढ़ाई बैठी है लुक तो भी काला तेरा रंग है ते आज के तन रखी बैठी है। पंगू मैम पर तेरा ओ कर जा सलारू जा मेनू देख के सेंटा मारू रा रोक के आखू दुख ता सामान ही सारे तोड़ देने है। ते रूपी मैडम टेक थ्री एक्शन। मेनू कहू साडा चलदा है धक्का सी ता कर दे बे मैं नहीं धक्का तुक्का सेंदी किसे दा तैनू मैं दसा। एक हुंदा तुसी वर्क करना ते एक हुंदा है दिल ला के वर्क करना। इत्थे फन भी नालों नाल हो रहे ते काम भी नालों नाल हो रहे। ओहो बस कर हुण आ देख लै जवाक किवें गिरजा नूं ऊंचा की जांदे ने। जस्ट कि एवें ही नहीं बुला लिया गया या एवें नहीं करता उन्होंने वो ऐ लगता है कि हाँ यार ये फिल्म का पार्ट है यही इन्होंने लिए ही बनया सी या इन्होंने ही करना सीगा। ਬੁੜੀਆਂ ਨੇ ਫੋਟੋ ਵੇਚਦਾ ਤੂੰ ਸ਼ਰਮ ਆਉਂਦੀ ਮੈਂ ਤੈਨੂੰ ਦੱਸਾਂ ਆ ਕੈਮਰਾ ਜੇ ਤੇਰਾ ਫੜ ਕੇ ਤੋੜ ਦੇਣਾ ਮੈਂ ਦਾਦੇ ਵਗਾਣਾ ਨਾ ਤੇਰੀ ਮਾਂ ਦੀ ਉਮਰ ਦੀਆਂ ਵਾ। ਜਵਾਨਾ ਹੈ ਦੁਨੀਆ ਇੱਕ ਮੇਲਾ ਤੇ ਮੇਲੇ 'ਚੋਂ ਮਿਲਦਾ ਕੁਛ ਨਹੀਂ ਉਹ ਤੰਤਰਾਂ ਮੰਤਰਾਂ ਨਾਲ ਯਾਰ ਥੋੜ੍ਹੀ ਮਿਲਦੇ ਆ। ਫਿਲਮ ਦਾ ਮਿਊਜ਼ਿਕ ਨੂੰ ਲੈ ਕੇ ਮੈਂ ਥੋੜ੍ਹਾ ਜਿਹਾ ਕਨਫਿਊਜ਼ ਸੀਗਾ ਮਤਲਬ ਮੇਰੀ ਪਹਿਲੀ ਤਾਂ ਕੋਸ਼ਿਸ਼ ਇਹ ਸੀਗੀ ਵੀ ਮੈਨੂੰ ਗੁਰਨਾਮ ਹੀ ਗਾਣਾ ਦੇ ਦੇ। ਫਿਰ ਸਾਡੀ ਇੱਕ ਲੜਾਈ ਵੀ ਹੋ ਗਈ ਸੀ ਮਿਊਜ਼ਿਕ ਨੂੰ ਲੈ ਕੇ। ਜਗਦੀਪ ਵੀਰਾ ਕਹਿੰਦਾ ਕਿ ਪਾਗਲ ਗਾਣਾ ਮੈਨੂੰ ਇਸ ਫਿਲਮ 'ਚ ਚਾਹੀਦਾ ਅਤੇ ਫਿਰ ਮੈਂ ਕਿਹਾ ਯਾਰ ਨਹੀਂ ਉਹ ਗਾਣਾ ਮੈਂ ਇਮੈਜਿਨ ਕੀਤਾ ਕਿ ਉਹ ਗਾਣਾ ਜਦੋਂ ਵੀ ਚੱਲੇ ਤਾਂ ਉਹ ਗਾਣੇ 'ਚ ਮੈਂ ਪਰਫੋਰਮ ਕਰਾਂ। ਛੋਟੀਆਂ ਛੋਟੀਆਂ ਸਾਡੀਆਂ ਆਪਦੀਆਂ ਜਿੱਦਾਂ ਹੁੰਦੀਆਂ ਰਹਿੰਦੀਆਂ ਪਰ ਅਸੀਂ ਸਾਰੇ ਭਰਾ ਹਾਂ ਸਾਰੇ ਇਕੱਠੇ ਹਾਂ ਅਤੇ ਫਾਈਨਲੀ ਸਾਡੀ ਸੁਫਨਾ ਫਿਲਮ ਬਣ ਗਈ ਆ। ਜਾਨੀ ਅਤੇ ਬੀਪ੍ਰੈਕ ਮੇਰੀ ਮਤਲਬ ਫਸਟ ਚੋਇਸ ਨਹੀਂ ਸੀਗੇ। ਜੱਗੀ ਭਾਈ ਨੇ ਕਿਹਾ ਵੀ ਸਾਡੀ ਇੱਕ ਪਿੰਡ 'ਚ ਸ਼ੂਟ ਹੋਣ ਵਾਲੀ ਫਿਲਮ ਆ ਤੁਸੀਂ ਉਹਨਾਂ ਦੇ ਗਾਣੇ ਕਰ ਲਓਗੇ ਬਿਕੋਜ਼ ਤੁਹਾਡੇ ਗਾਣੇ ਥੋੜ੍ਹੇ ਸ਼ਹਿਰੀ ਹੁੰਦੇ ਆ ਅਤੇ ਮੈਂ ਕਿਹਾ ਨਹੀਂ ਨਹੀਂ ਭਾਅ ਜੀ ਕਰਾਂਗੇ ਜ਼ਰੂਰ ਕਰਾਂਗੇ ਕਿਉਂਕਿ ਫਿਲਮ ਪਸੰਦ ਸੀਗੀ। ਜੱਗੀ ਭਾਈ ਨੇ ਕਿਹਾ ਸੀਗਾ ਕਿ ਗਾਣੇ ਆਪਾਂ ਬਹੁਤ ਬਹੁਤ ਸਾਰੇ ਗਾਣੇ ਪਹਿਲਾਂ ਤਾਂ ਸੂਦਿੰਗ ਰੱਖਣੇ ਆ ਅਤੇ ਕੋਈ ਵੀ ਨੱਚਣ ਵਾਲਾ ਗਾਣਾ ਨਹੀਂ ਆ ਅਤੇ ਉਹਨਾਂ 'ਚ ਰੂਹ ਹੋਣੀ ਚਾਹੀਦੀ ਆ ਅਤੇ ਫਿਰ ਉੱਥੋਂ ਸਾਡੀ ਜਰਨੀ ਸਟਾਰਟ ਹੋਈ। ਮੈਨੂੰ ਇੰਨਾ ਜ਼ਿਆਦਾ ਪਿਆਰ ਕਰਨ ਲਈ ਮੇਰੇ ਉੱਤੇ ਮਰਨ ਲਈ ਦੁਨੀਆ ਨੇ ਜਦੋਂ ਮੈਨੂੰ ਛੱਡਤਾ ਸੀ ਉਦੋਂ ਮੇਰੇ ਨਾਲ ਖੜਨ ਲਈ। ਜਾਨੀ ਨੇ ਦੋ ਲਾਈਨਾਂ ਸੁਣਾਈਆਂ ਸੀ ਵੀ ਆਹ ਸ਼ੁਕਰੀਆ 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 ਸਮਥਿੰਗ। ਤਾਂ ਮੈਨੂੰ ਲੱਗਿਆ ਕਿ ਇਹ ਗਾਣਾ ਪਾਗਲ ਦੀ ਰਿਪਲੇਸਮੈਂਟ ਹੈ ਮਤਲਬ ਜਿਹੜਾ ਮੈਨੂੰ ਐਂਡ ਦੇ ਕਲਾਈਮੈਕਸ ਮੈਨੂੰ ਗਾਣਾ ਲੱਗਦਾ ਸੀਗਾ ਕਿ ਮੁੰਡਾ ਕੁੜੀ ਮਿਲਣ ਅਤੇ ਮੁੰਡੇ ਦਾ ਗਾਣਾ ਆਵੇ ਉਹ ਮੈਨੂੰ ਜਦੋਂ ਗਾਣਾ ਸ਼ੁਕਰੀਆ ਮਿਲਿਆ ਤਾਂ ਮੇਰਾ ਕਲਾਈਮੈਕਸ ਚੇਂਜ ਹੋ ਗਿਆ ਫਿਲਮ ਦਾ ਮਤਲਬ ਮੈਨੂੰ ਲੱਗਿਆ ਕਿ ਫਿਲਮ ਕੁੜੀ ਦੇ ਪੁਆਇੰਟ ਆਫ ਵਿਊ ਨਾਲ ਹੋਣੀ ਚਾਹੀਦੀ ਔਰ ਕੁੜੀ ਕਵੇ ਵੀ ਸ਼ੁਕਰੀਆ ਤੂੰ ਮੇਰੇ ਲਈ ਆਹ ਕੀਤਾ ਹੈ ਨਾ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਨ ਲਈ ਸੋ ਉਸ ਗਾਣੇ ਕਰਕੇ ਮੇਰਾ ਕਲਾਈਮੈਕਸ ਚੇਂਜ ਹੋਇਆ।
ਜਿਹੜੇ ਮੈਂ ਜ਼ਿਆਦਾਤਰ ਗਾਣੇ ਲਿਖਦਾ ਅਤੇ ਮੈਨੂੰ ਐਂ ਲੱਗਦਾ ਕਿ ਮੈਂ ਉਰਦੂ ਨਾਲ ਬਹੁਤ ਜ਼ਿਆਦਾ ਮੁਹੱਬਤ ਕਰਦਾ ਅਤੇ ਉਹ ਮੇਰੇ ਗਾਣਿਆਂ 'ਚ ਵੀ ਉਰਦੂ ਲੈਂਗੁਏਜ ਦੇ ਕਈ ਲਫਜ਼ ਮੈਂ ਯੂਜ਼ ਕਰਦਾ। ਇੱਕ ਆਲਰੇਡੀ ਆਪਾਂ ਐਕਸਪੈਰੀਮੈਂਟ ਕਰ ਰਹੇ ਹਾਂ ਵੀ ਤੁਹਾਡਾ ਮਿਊਜ਼ਿਕ ਪਿੰਡਾਂ ਦੇ, ਫਿਰ ਉਹਦੇ 'ਚ ਉਰਦੂ ਵੀ ਆ ਜੂਗਾ ਤਾਂ ਬਹੁਤ ਡਿਫੀਕਲਟ ਹੋ ਜੂਗਾ। ਬਟ ਫਿਰ ਜਿਹੜਾ ਅਸੀਂ ਅਗਲਾ ਗਾਣਾ ਬਣਾਇਆ ਉਹ ਮਾਂ ਦੇ ਉੱਤੇ ਬਣਾਉਣਾ ਸੀ ਤਾਂ ਉਹ 'ਚ ਵਰਡ ਆ ਗਿਆ ਅੰਮੀ। ਸੋ ਮੈਂ ਉਹਨੂੰ ਕਿਹਾ ਹੁਣ ਅੱਗੇ ਧਿਆਨ ਰੱਖੀ। ਫਿਰ ਅਗਲਾ ਜਿਹੜਾ ਸਾਡਾ ਗਾਣਾ ਫਾਈਨਲ ਹੋਇਆ ਉਹ ਜੰਨਤ, ਤਾਂ ਉਹਦੇ 'ਚ ਇੱਕ ਹੋਰ ਉਰਦੂ ਵਰਡ ਆ ਗਿਆ। ਸੋ ਕਿਉਂਕਿ ਮੈਨੂੰ ਜਾਨੀ ਫਿਰ ਕਹਿੰਦਾ ਸੀਗਾ ਵੀ ਇੱਕ ਵਾਰੀ ਆਪਾਂ ਗਾਣੇ ਬਣਾ ਲਈਏ, ਦੈਨ ਮੈਂ ਆਹ ਜਿਹੜੇ ਵਰਡ ਹੈ ਮੈਂ ਚੇਂਜ ਕਰ ਦੂੰਗਾ। ਬਟ ਫਿਰ ਮੈਨੂੰ ਆਪ ਨੂੰ ਇੰਨੀ ਆਦਤ ਹੋ ਗਈ ਸੀ ਗਾਣੇ ਸੁਣਨ ਦੀ, ਔਰ ਮੈਨੂੰ ਲੱਗਣ ਲੱਗਿਆ ਕਿ ਜੇ ਆਪਾਂ ਆਹ ਮੇਜਰ ਵਰਡ ਹੈ ਕਬੂਲ ਹੈ ਦੀ ਥਾਂ 'ਤੇ ਕੀ ਲੈ ਕੇ ਆਵਾਂਗੇ, ਨਾ ਅੰਮੀ ਦੀ ਥਾਂ 'ਤੇ ਕੀ ਲੈ ਕੇ ਆਵਾਂਗੇ। ਸੋ ਗਾਣੇ ਖਰਾਬ ਹੋ ਜਾਣਗੇ ਜਦੋਂ ਗਾਣੇ ਉਰਦੂ ਬਣ ਗਏ। ਉਹਨੂੰ ਜਸਟੀਫਾਈ ਕਰਨ ਲਈ ਮੈਂ ਉਹਦੀ ਜਿਹੜੀ ਮਦਰ ਦਾ ਕਰੈਕਟਰ ਉਹ ਸਕ੍ਰਿਪਟ ਦੇ ਵਿੱਚ ਚੇਂਜ ਕੀਤਾ। ਜੱਗੀ ਭਾਈ ਨੂੰ ਜੇ ਸਾਰੇ ਗਾਣਿਆਂ 'ਚ ਮੈਂ ਜੰਨਤ ਹੋ ਗਿਆ, ਕਬੂਲ ਹੈ ਹੋ ਗਿਆ ਅਤੇ ਜਾਣ ਦਿਆਂਗੇ ਅਤੇ ਸਾਰਿਆਂ 'ਚ ਕੁਛ ਇੱਦਾਂ ਦੇ ਵਰਡ ਸੀਗੇ, ਅਤੇ ਜੱਗੀ ਭਾਈ ਨੇ ਸਪੈਸ਼ਲੀ, ਜੱਗੀ ਭਾਈ ਦਾ ਆਈਡੀਆ ਸੀ ਸਪੈਸ਼ਲੀ ਕੁੜੀ ਦਾ ਕਰੈਕਟਰ ਮੁਸਲਿਮ ਕੀਤਾ, ਹੈ ਨਾ, ਅਤੇ ਉਹ ਫਿਰ ਸਾਰੇ ਗਾਣੇ ਮੇਰੇ ਜਸਟੀਫਾਈ ਹੋਏ। ਇਕੱਲੀ ਇਕੱਲੀ ਚੀਜ਼ ਜਸਟੀਫਾਈ ਹੋਈ ਕਿ ਪੜ੍ਹਨੇ ਲਈ ਤੈਨੂੰ ਕਰਾਉਣ ਦਿਆਂਗੇ ਉਹ ਗੱਲਾਂ, ਹੈ ਨਾ, ਕਬੂਲ ਹੈ ਕਬੂਲ ਹੈ, ਅਤੇ ਉਹ ਪ੍ਰੋਪਰ ਜਸਟੀਫਾਈ ਹੋਏ। ਜੱਗੀ ਭਾਈ ਦਾ ਆਈਡੀਆ ਸੀ। ਸੋ ਉਹ ਸਾਰੀਆਂ ਚੀਜ਼ਾਂ ਇੱਕ ਕਸ਼ਮੀਰਨ ਮੁਸਲਿਮ ਦੀ ਕੁੜੀ ਹੋਣ ਦੇ ਨਾਤੇ ਉਹ ਸਕ੍ਰਿਪਟ 'ਚ ਬਹੁਤ ਵਧੀਆ ਤਰੀਕੇ ਨਾਲ, ਚੰਗੇ ਤਰੀਕੇ ਨਾਲ ਉਹਦਾ ਕਰੈਕਟਰ ਜਸਟੀਫਾਈ ਹੋ ਸਕਿਆ। ਮੂਵੀ ਦੀ ਇੱਕ ਥੀਮ ਹੋਣੀ ਚਾਹੀਦੀ ਹੈ, ਉਹ ਯੂ ਨੋ ਮਿਊਜ਼ਿਕ ਤੁਹਾਨੂੰ ਗਾਈਡ ਕਰਦਾ ਕਿ ਤੁਸੀਂ ਰਾਈਟ ਜਾਣਾ ਹੈ ਕਿ ਲੈਫਟ ਜਾਣਾ ਹੈ, ਔਰ ਤੁਸੀਂ ਉਸ ਤਰੀਕੇ ਦੂਜੇ ਤਰੀਕੇ ਨਾਲ ਕਿ ਤੁਸੀਂ ਰਾਈਟ ਜਾਣਾ ਕਿ ਰੋਂਗ ਜਾਣਾ, ਉਹ ਤੁਹਾਨੂੰ ਮਿਊਜ਼ਿਕ ਗਾਈਡ ਕਰਦਾ, ਔਰ ਉਸੇ ਹਿਸਾਬ ਨਾਲ ਫਿਰ ਅੱਗੇ ਆਡੀਅੰਸ ਗਾਈਡ ਹੁੰਦੀ ਹੈ ਵੀ ਕਿਉਂਕਿ ਉਹਨਾਂ ਨੂੰ ਮਿਊਜ਼ਿਕ ਉੱਦਾਂ ਦਾ ਗਾਈਡ ਕਰ ਰਿਹਾ ਉਹਨਾਂ ਨੂੰ। ਜਦੋਂ ਇੱਕ ਦੂਜੇ ਨੂੰ ਮਿਲਦੇ ਨੇ, ਜਦੋਂ ਮੇਰੇ ਖਿਆਲ ਤੋਂ ਪਹਿਲੀ ਵਾਰੀ ਮਿਲ ਰਹੇ, ਉੱਥੇ ਵੀ ਆਪਾਂ ਸ਼ਾਇਦ ਇਹੀ ਗੱਲ ਯੂਜ਼ ਕਰਾਂਗੇ ਕਿ ਜਦ ਆਪਾਂ ਇੱਕ ਦੋ ਸਿੰਗਰਸ ਤੋਂ ਗਵਾਉਣ ਦੀ ਕੋਸ਼ਿਸ਼ ਵੀ ਕੀਤੀ, ਫਿਰ ਨਹੀਂ ਹੋਇਆ। ਫਿਰ ਉਸ ਤੋਂ ਬਾਅਦ ਐਮੀ ਭਾਜੀ ਨੂੰ ਅਸੀਂ ਕਿਹਾ ਕਿ ਭਾਜੀ ਤੁਸੀਂ ਗਾ ਕੇ ਦੇਖ ਲਓ ਇੱਕ ਵਾਰੀ। ਫਿਰ ਉਹਨਾਂ ਨੇ ਦੋ ਤਿੰਨ ਵਾਰੀ ਮੈਨੂੰ ਭੇਜਿਆ, ਜਾਨੀ ਭਾਈ ਨੂੰ ਭੇਜਿਆ, ਫਿਰ ਸਾਨੂੰ ਅਸੀਂ ਨਹੀਂ ਨਹੀਂ ਭਾਜੀ ਥੋੜ੍ਹਾ ਜਿਹਾ ਇੱਦਾਂ ਮੋਲਡ ਕਰੋ। ਫਿਰ ਉਹਨਾਂ ਨੇ ਬਹੁਤ ਵਧੀਆ ਨਿਭਾਇਆ ਔਰ ਸਾਨੂੰ ਔਰ ਬਹੁਤ ਹੀ ਵਧੀਆ ਗਾਇਆ, ਜਾਣ ਦਿਆਂਗੇ ਗਾਣਾ। ਦਿਨ ਦਿਆਂਗੇ ਇਮਾਨ ਦਿਆਂਗੇ ਵਾਰ ਤੇਰੇ ਉੱਤੋਂ ਜਹਾਨ ਦਿਆਂਗੇ ਦੁਨੀਆ ਨੇ ਤੈਨੂੰ ਕੁਝ ਵੀ ਨਹੀਂ ਦੇਣਾ ਅਸੀਂ ਤੈਨੂੰ ਆਪਣੀ ਜਾਨ ਦਿਆਂਗੇ। ਮਤਲਬ ਮੇਰਾ ਫੇਵਰਿਟ ਗਾਣਾ, ਬਹੁਤ ਜ਼ਿਆਦਾ ਵਧੀਆ। ਔਖਾ ਸੀ ਸਾਡੇ ਲਈ, ਬਹੁਤ ਔਖਾ ਸੀਗਾ, ਪਰ ਅਸੀਂ ਮੈਨੂੰ ਲੱਗਦਾ ਕਿ ਅਸੀਂ ਮੈਨੇਜ ਕੀਤਾ ਰੱਬ ਦੀ ਕਿਰਪਾ ਨਾਲ, ਸਾਰੀਆਂ ਚੀਜ਼ਾਂ ਬਹੁਤ ਵਧੀਆ ਮੈਨੇਜ ਹੋਈਆਂ, ਜਿਹੜੀ ਜਿਹੜੀ ਜਗ੍ਹਾ 'ਤੇ ਜਿਹੜੀ ਜਿਹੜੀ ਚੀਜ਼ ਪਲੇਸ ਕਰਨੀ ਸੀ ਉਹ ਚੀਜ਼ਾਂ ਹੋਈਆਂ, ਅਤੇ ਮਿਹਨਤ ਕੀਤੀ ਆ ਭਾਈ। ਫਿਲਮ ਮੇਕਿੰਗ ਹਮੇਸ਼ਾ ਇੱਕ ਟੀਮ ਵਰਕ ਹੁੰਦੀ ਹੈ। ਸੋ ਕਿੰਨਾ ਕੁ ਚੀਜ਼ ਸੀਗੀ ਜਿਹੜੀ, ਜੇ ਮੈਂ ਉੱਥੇ ਸਟਬਨ ਹੁੰਦਾ ਵੀ ਨਹੀਂ ਯਾਰ ਮੇਰਾ ਤਾਂ ਕਰੈਕਟਰ ਹਿੱਲਣਾ ਨਹੀਂ ਚਾਹੀਦਾ, ਔਰ ਕਿੱਥੇ ਮੈਨੂੰ ਉਹਨਾਂ ਗਾਣਿਆਂ ਕਰਕੇ ਜੋ ਚੀਜ਼ ਮੈਂ ਹਿਲਾਈ ਉਹ ਕਿੰਨਾ ਸਪੋਰਟਿਵ ਹੋ ਗਿਆ ਮੇਰੀ ਫਿਲਮ ਦੇ ਲਈ। ਬਾਰਡਰ ਦੇ ਏਰੀਏ 'ਚ ਬਹੁਤ ਸਾਰੇ ਇਹੋ ਜਿਹੇ ਗੁਰਦੁਆਰੇ ਆ ਜਿਹੜੇ ਅੱਜ ਵੀ ਮਸਜਿਦਾਂ ਦੇ ਵਿੱਚ ਬਣੇ ਹੋਏ ਆ। ਸੋ ਮੈਨੂੰ ਉਹ ਗੁਰਦੁਆਰੇ ਧਿਆਨ 'ਚ ਆਏਗੀ ਯਾਰ ਆਪਾਂ ਉਹ ਵੀ ਯੂਜ਼ ਕਰ ਸਕਦੇ ਹਾਂ, ਆਪਾਂ ਉਹ ਬਹੁਤ ਵਧੀਆ ਚੀਜ਼ ਆ ਉਹ ਦਿਖਾਉਣੀ ਚਾਹੀਦੀ ਹੈ। ਸੋ ਫਿਰ ਉਹ ਫਿਲਮ ਦਾ ਪਾਰਟ ਬਣਿਆ, ਉਹਦੇ ਥਰੂ ਮਿਊਜ਼ਿਕ ਬਹੁਤ ਵਧੀਆ ਬਣਿਆ, ਫਿਲਮ ਦੇ ਹਿਸਾਬ ਦਾ ਬਣਿਆ, ਔਰ ਫਿਲਮ 'ਚ ਫਿਲਮ ਦੇ ਉੱਤੇ ਹਾਵੀ ਨਹੀਂ ਹੁੰਦਾ, ਫਿਲਮ ਨੂੰ ਸਪੋਰਟ ਕਰਦਾ। ਉਹ ਐਸਾ ਬੌਂਡ ਹੈਗਾ, ਇਹ ਨਹੀਂ ਹੈ ਕਿ ਆਪਾਂ ਆਪਸ 'ਚ, ਸਾਡੀ ਬਹੁਤ ਬਹਿਸਾਂ ਵੀ ਹੁੰਦੀਆਂ। ਮੈਨੂੰ ਤਾਂ ਸਭ ਤੋਂ ਜ਼ਿਆਦਾ ਫੋਨ ਆਉਂਦੇ ਨੇ ਕੋਜ਼ ਕਦੇ ਇਹ ਨਹੀਂ ਪਹੁੰਚਿਆ, ਕਦੇ ਉਹ ਨਹੀਂ ਪਹੁੰਚਿਆ, ਕਿਉਂਕਿ ਜਦ
ਐਡੀਟਿੰਗ ਤੇ ਮੂਵੀ ਜਾਂਦੀ ਤੇ ਹੱਲੇ ਤੱਕ ਜਦ ਤੱਕ ਮੂਵੀ ਰਿਲੀਜ਼ ਹੋਣ ਵਾਲੀ ਹੁੰਦੀ ਹੈ ਤਦ ਤੱਕ ਮੇਰੇ ਮਾਸਟਰ ਨਹੀਂ ਉਹਨਾਂ ਨੂੰ ਗਏ ਹੁੰਦੇ ਪ੍ਰੋਪਰ ਸੋ ਇਹ ਵੈਸੇ ਮਾੜੀ ਚੀਜ਼ ਹੈ ਬਟ ਮੈਂ ਆਪਣੇ ਵੱਲੋਂ ਪ੍ਰੋਪਰ ਇੱਕ ਜਿਹਨੂੰ ਕਹਿੰਦੇ ਪਰਫੈਕਟ ਚੀਜ਼ ਬਣਾਉਣ ਦੀ ਕੋਸ਼ਿਸ਼ ਕਰਦਾ ਬਟ ਐਂਡ ਦੇ ਵਿੱਚ ਉਹਦਾ ਰਿਜ਼ਲਟ ਬਹੁਤ ਅੱਛਾ ਹੁੰਦਾ ਤਾਂ ਫਿਰ ਆਹ ਚੀਜ਼ਾਂ ਸਾਰੀਆਂ ਭੁੱਲ ਜਾਂਦੇ ਨੇ ਲੋਕ ਮਤਲਬ ਅਸੀਂ ਇੱਕ ਦੂਜੇ ਨੂੰ ਹੁਣ ਸਮਝਦੇ ਹਾਂ ਇੱਕ ਦੂਜੇ ਨੂੰ ਸਪੋਰਟ ਕਰਦੇ ਹਾਂ ਸਾਡੀ ਟਿਊਨਿੰਗ ਐਸੀ ਹੈ ਅਤੇ ਉਸੇ ਕਰਕੇ ਮੈਨੂੰ ਲੱਗਦਾ ਕਿ ਕਿਸਮਤ ਤੋਂ ਬਾਅਦ ਸੁਫਨਾ ਦਾ ਮਿਊਜ਼ਿਕ ਵੀ ਬਹੁਤ ਵਧੀਆ ਨਿਕਲ ਕੇ ਆਇਆ ਅਤੇ ਹੋਪਫੁਲੀ ਸਭ ਨੂੰ ਪਸੰਦ ਆਊਗਾ ਜਿੱਦਾਂ ਜਿੱਦਾਂ ਮੂਵੀ ਅੱਗੇ ਵੱਧਦੀ ਜਾ ਰਹੀ ਹੈ ਤਾਂ ਮੂਵੀ ਦੇ ਪ੍ਰਤੀ ਕੌਨਫੀਡੈਂਸ ਰੇਜ਼ ਹੁੰਦਾ ਜਾ ਰਿਹਾ ਜਿੱਦਾਂ ਜਿੱਦਾਂ ਅਸੀਂ ਐਡੀਟਿੰਗ ਦੇਖਦੇ ਹਾਂ ਸਾਰਾ ਕੁਝ ਦੇਖਦੇ ਹਾਂ ਸਮਝ ਆਉਂਦਾ ਜਾ ਰਿਹਾ ਕਿ ਹਾਂ ਜਿਸ ਚੀਜ਼ ਨੂੰ ਵਿਜ਼ਨ ਲੈ ਕੇ ਸ਼ੁਰੂ ਕੀਤਾ ਸੀ ਉਹ ਸਾਰੀ ਚੀਜ਼ ਉਸੇ ਹਿਸਾਬ ਨਾਲ ਚੱਲ ਰਹੀ ਹੈ ਕਹਿਣਾ ਬਹੁਤ ਆ ਜੈਨੂਅਲੀ ਮੈਨੂੰ ਲੱਗਦਾ ਨਹੀਂ ਸੀਗਾ ਵੀ ਇਹਨੇ ਫਿਲਮ ਬਣਾ ਲੈਣੀ ਹੈ ਇਹਨੇ ਕਿਵੇਂ ਕਰ ਲੈਣਾ ਇਹਨੇ ਐਗਜੀਕਿਊਟ ਕਰ ਲੈਣੀ ਹੈ ਚੀਜ਼ ਉੱਤੇ ਬਟ ਇਹਨੇ ਜੈਨੂਅਲੀ ਇਹਨੇ ਸਾਰਿਆਂ ਨੂੰ ਐਡਵਾਂਸ ਪੈਸੇ ਦਿੱਤੇ ਆ ਅਤੇ ਅੱਜ ਤਾਈਂ ਜਿੰਨੇ ਵੀ ਮਤਲਬ ਤੁਸੀਂ ਸਪੋਟ ਤੋਂ ਲੈ ਕੇ ਮਤਲਬ ਕੈਮਰੇ ਦੀ ਪੇਮੈਂਟ ਤੱਕ ਸਾਰਿਆਂ ਨੂੰ ਇਹਨੇ ਐਡਵਾਂਸ ਅਤੇ ਸਾਰਿਆਂ ਨੂੰ ਜਿੰਨੇ ਪੈਸੇ ਉਹਨਾਂ ਨੇ ਮੰਗੇ ਅਤੇ ਜਿੰਨੇ ਜਾਇਜ਼ ਮੰਗਦੇ ਸੀ ਇਹਨੇ ਪੈਸੇ ਦਿੱਤੇ ਆ ਬਿਨਾਂ ਪੁੱਛੇ ਪੇਮੈਂਟਾਂ ਪਾਤੀਆਂ ਬਹੁਤ ਵੱਡੀ ਗੱਲ ਆ ਬਾਬੇ ਬਹੁਤ ਦਿਲ ਵੱਡਾ ਚਾਹੀਦਾ ਇਹ ਕੰਮ ਕਰਨ ਨੂੰ ਐਂਡ ਆਫ ਦੀ ਡੇ ਐਵਰੀ ਸਟਾਫ ਨੂੰ ਹਰ ਇੱਕ ਮੈਂਬਰ ਨੂੰ ਪੂਰੀ ਟੀਮ ਨੂੰ ਖੁਸ਼ ਰੱਖਣਾ ਉਹ ਪ੍ਰੋਡਿਊਸਰ ਦੀ ਹੈਡਿਕ ਪ੍ਰੋਡਿਊਸਰ ਦੀ ਜੋਬ ਹੈ ਅਤੇ ਇਹ ਰਿਸਪੋਂਸੀਬਿਲਿਟੀ ਕੋਈ ਛੋਟੀ ਨਹੀਂ ਹੈ ਜੇ ਮੂਵੀ ਚੱਲਦੀ ਹੈ ਤਾਂ ਇਟਸ ਅ ਗੁੱਡ ਥਿੰਗ ਜੇ ਮੂਵੀ ਨਹੀਂ ਚੱਲਦੀ ਤਾਂ ਉਹਦਾ ਰਿਗਰੈਟ ਨਹੀਂ ਹੋਣਾ ਚਾਹੀਦਾ ਇਫ ਯੂ ਹੈਵ ਡਨ ਅ ਗੁੱਡ ਜੋਬ ਮੂਵੀ ਚੱਲੇਗੀ ਤਾਂ ਵੀ ਆਪਾਂ ਸਿਨੇਮੇ 'ਚ ਹਾਂ ਨਹੀਂ ਚੱਲੇਗੀ ਤਾਂ ਵੀ ਸਿਨੇਮੇ 'ਚ ਹਾਂ ਕਿਉਂਕਿ ਹੁਣ ਜੇ ਸਿਨੇਮੇ 'ਚ ਕੰਮ ਕਰਨਾ ਹੈ ਤਾਂ ਦੇਖੋ ਅਪ ਐਂਡ ਡਾਊਨ ਦੇਰ ਆਰ ਆਲਵੇਜ਼ ਇਨ ਐਨੀ ਬਿਜ਼ਨਸ ਬਟ ਹਾਂ ਜੇ ਆਪਾਂ ਕੁਛ ਚੰਗਾ ਸੋਚ ਕੇ ਜਾਵਾਂਗੇ ਲੋਕਾਂ ਦੇ ਲਈ ਕੁਛ ਕਰਾਂਗੇ ਜਾਂ ਆਡੀਅੰਸ ਦੇ ਲਈ ਪਹਿਲਾਂ ਆਡੀਅੰਸ ਨੂੰ ਪ੍ਰਾਇਓਰਟੀ 'ਤੇ ਰੱਖਾਂਗੇ ਤਾਂ ਆਈ ਐਮ ਸ਼ੋਰ ਕਿ ਆਪਾਂ ਨੂੰ ਕੁਛ ਕਿਤੇ ਵੀ 19 ਦਾ ਫਰਕ ਤਾਂ ਪਏਗਾ ਬਟ ਹਾਂ ਆਪਾਂ ਫਿਰ ਵੀ ਇੱਕ ਪੋਜ਼ਿਟਿਵ ਰਿਜ਼ਲਟ ਦੇ ਸਕਾਂਗੇ ਆਡੀਅੰਸ ਨੂੰ ਰਾਈਟਿੰਗ ਕਿਉਂਕਿ ਫਿਲਮ ਦਾ ਪਲੋਟ ਬਹੁਤ ਸਿੰਪਲ ਸੀਗਾ ਸੋ ਮੇਰੇ ਲਈ ਸਕ੍ਰੀਨ ਪਲੇਅ ਬਹੁਤ ਡਿਫੀਕਲਟ ਸੀਗਾ ਕਿ ਅੰਗੇਜ ਕਰਕੇ ਰੱਖਣਾ ਔਰ ਕਿਤੇ ਨਾ ਕਿਤੇ ਓਵਰ ਨਾ ਲੱਗੇ ਉਹਦੇ 'ਚ ਬਹੁਤ ਟਾਈਮ ਲੱਗਿਆ ਇਟ ਇਜ਼ ਨੋਟ ਈਜ਼ੀ ਡਾਇਰੈਕਸ਼ਨ ਕਰਨਾ ਬਿਲਕੁਲ ਵੀ ਆਸਾਨ ਨਹੀਂ ਹੁੰਦਾ ਐਸਾ ਲੱਗਦਾ ਹੈ ਕਿ ਮੋਨੀਟਰ 'ਤੇ ਬੈਠ ਕੇ ਐਕਸ਼ਨ ਕੱਟ ਬੋਲ ਦੇਣੇ ਸੇ ਹੀ ਔਰ ਰੋਲ ਸਾਊਂਡ ਕੈਮਰਾ ਐਕਸ਼ਨ ਕੱਟ ਬੋਲਣੇ ਸੇ ਆਦਮੀ ਡਾਇਰੈਕਟਰ ਬਣ ਜਾਂਦਾ ਹੈ ਬਟ ਟਰਸਟ ਮੀ ਉਹ ਬਿਲਕੁਲ ਵੀ ਐਸਾ ਨਹੀਂ ਬੰਦੇ ਭੇਜੋ ਬਹੁਤ ਮਿਹਨਤ ਬਹੁਤ ਐਫਰਟ ਔਰ ਬਹੁਤ ਡੈਡੀਕੇਸ਼ਨ ਲੱਗਦੀ ਹੈ ਵਹਾਂ ਤੱਕ ਪਹੁੰਚਣੇ ਮੈਂ ਔਰ ਅੱਛਾ ਕੰਮ ਕਰ ਸੱਚੀ ਸਾਨੂੰ ਹਮੇਸ਼ਾ ਜੱਗੀ ਭਾਅ ਜੀ ਜਿਹੜੇ ਹੈਗੇ ਆ ਉਹ ਸਾਨੂੰ ਰੋਂਗ ਪ੍ਰੂਵ ਕਰ ਦਿੰਦੇ ਨੇ ਕਿਉਂਕਿ ਸਾਨੂੰ ਲੱਗਦਾ ਕਿ ਯਾਰ ਜੋ ਇੰਨਾ ਅਸੀਂ ਗਾਣੇ ਬਣਾ ਰਹੇ ਹਾਂ ਉਹਨੂੰ ਪਿਕਚਰਾਈਜੇਸ਼ਨ ਕਿਹੋ ਜਿਹੀ ਹੋਏਗੀ ਉਹਦੀ ਬਟ ਉਹ ਹਮੇਸ਼ਾ ਸਾਨੂੰ ਉਸ ਚੀਜ਼ ਦੇ ਅੰਦਰ ਉਹ ਖਰੇ ਉਤਰਦੇ ਨੇ ਐਂਡ ਬ੍ਰਿਲੀਅੰਟ ਕੰਮ ਕਰਦੇ ਨੇ ਜਦੋਂ ਵੀ ਅਸੀਂ ਸ਼ੂਟ ਤੋਂ ਬਾਅਦ ਜਾਂ ਪੈਕਅਪ ਤੋਂ ਬਾਅਦ ਹੋਟਲ ਜਾਂਦੇ ਹਾਂ ਅਤੇ ਮੈਂ ਉਹਨੂੰ ਅਕਸਰ ਕਹਿੰਦਾ ਮੈਂ ਕਿਹਾ ਚੱਲ ਆਇਆ ਅੱਜ ਬੈਠਦੇ ਹਾਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਅਤੇ ਉਹਦਾ ਸਿਰਫ ਇੱਕ ਹੀ ਜਵਾਬ ਨਹੀਂ ਭਰਾਵਾ ਮੈਂ ਕਹਿੰਦਾ ਅਗਲੇ ਸੀਨਸ ਦਾ ਦੇਖਣਾ ਜਿਹੜੇ ਮੈਨੂੰ ਇਹ ਡਾਇਲੋਗ ਦਿੰਦੇ ਸੀ 99% ਮੈਨੂੰ ਆਪਣੇ ਕੋਲੋਂ ਬਣਾਉਣ ਦੀ ਲੋੜ ਨਹੀਂ ਸੀ ਪੈਂਦੀ ਕਿਉਂਕਿ ਡਾਇਲੋਗ ਬਾਈ ਦੇ ਐਡੇ ਵਧੀਆ ਹੁੰਦੇ ਤਾਂ ਮੈਨੂੰ ਪਹਿਲੀ ਵਾਰੀ ਬਹੁਤ ਵਧੀਆ ਲੱਗਿਆ ਯਾਰ ਕਿਸੇ ਰਾਈਟਰ ਦੇ ਕਿਸੇ ਡਾਇਰੈਕਟਰ ਦੇ ਮਤਲਬ ਡਾਇਲੋਗ ਮੈਨੂੰ ਚੇਂਜ ਕਰਨ ਦੀ ਲੋੜ ਨਹੀਂ ਪਈ ਇੰਨੇ ਉਹ ਸਟੀਕ ਸੀਗੇ ਇੰਨੇ ਵਧੀਆ ਲੱਗਦੇ ਸੀਗੇ ਸ਼ੋਰੀ ਮੈਨੂੰ ਪਤਾ ਤੂੰ ਜੀਤ ਨਾਲ ਪਿਆਰ ਕਰਦੀ ਹੈ ਮੇਰੇ ਨਾਲ ਵੀ ਕਰ ਲੈ ਥੋੜ੍ਹਾ ਜਿਹਾ ਤਾਇਆ ਜੀ ਹੈ ਕਮਲੀ ਲੋਕਾਂ ਨਾਲ ਹਾਸੇ ਠੱਠੇ ਮੇਰੇ ਵਾਲੀ ਸੱਪ ਡੱਸੇ ਕਿੰਨਾ ਕੁ ਜਾਣਦੀ ਆ ਤੂੰ ਜੀਤ ਬਾਰੇ ਨੀ ਡਾਇਲੋਗਸ ਥੋੜ੍ਹੇ ਈਜ਼ੀ ਸੀਗੇ ਬੇਸਿਕ ਡਾਇਲੋਗ ਮੈਂ ਪਹਿਲਾਂ ਲਿਖੇ ਸੀਗੇ ਬਾਕੀ ਥਰੂ ਆਊਟ ਦਾ ਫਿਲਮ ਇੰਪਰੋਵਾਈਜ਼ ਚੱਲਿਆ ਮੈਂ ਸੀਨ ਤੋਂ ਪਹਿਲਾਂ ਲਿਖਦਾ ਹੁੰਦਾ ਸੀਗਾ ਸਵੇਰੇ ਅਰਲੀ ਰਾਤ ਨੂੰ ਸੌਣ ਤੋਂ ਪਹਿਲਾਂ ਲਿਖਣਾ ਉੱਠ ਕੇ ਲਿਖਣਾ ਕਈ ਵਾਰੀ ਚੱਲਦੇ ਸੀਨ ਦੇ ਵਿੱਚ ਵੀ ਇੰਪਰੋਵਾਈਜ਼ ਕਰਨਾ ਸੋ ਮਤਲਬ ਮੋਟਾ ਮੋਟਾ ਰਾਈਟਿੰਗ ਦੀ ਪ੍ਰੋਸੈਸ ਆ ਸੀਗੀ ਫਿਲਮ ਦੀ ਮੇਰੀ ਗੱਲ ਸੁਣੋ ਕਹਿੰਦੇ ਮੇਰੇ ਹੱਥ ਨਾਲ ਲਾਇਓ ਮੇਰੇ ਦੌਰਾ ਪੈ ਜਾਂਦਾ ਕਹਿੰਦੇ ਮੇਰੇ ਹੱਥ ਨਾਲ ਲਾਇਓ ਮੇਰੇ ਦੌਰਾ ਪੈ ਜਾਂਦਾ ਹੈ ਬਾਅਦ ਚ ਟਾਕੇ ਲਾਇਓ ਤੁਹਾਡੇ ਸੜਕ ਦੇ ਕਿਤੇ ਸੋ ਹੀ ਇਜ਼ ਲਾਈਕ ਆਲਵੇਜ਼ ਕਾਫੀ ਬੀਟ ਕਰਦੇ ਇਨ ਟੂ ਹਿਸ ਥੌਟਸ ਬੈਠੇ ਹੋਏ ਟਾਕਿੰਗ ਕਿਤੇ ਪੂਰੀ ਚੱਲਦੀ ਆ ਐਕਸ਼ਨ ਤੂੰ ਆਪਣੇ ਕੰਮ ਨੂੰ ਲਾਈਕ 24/7 365 ਐਵਰੀ ਸਿੰਗਲ ਬ੍ਰੈਥ ਉਹ ਨਾਲ ਲੈ ਕੇ ਤੁਰਦੇ ਨੇ ਆਈ ਐਮ ਡੈਮ ਸ਼ੋਰ ਕਿ ਜਦ ਤੁਸੀਂ ਮੂਵੀ ਦੇਖ ਕੇ ਬਾਹਰ ਨਿਕਲੋਗੇ ਤੁਹਾਡੀ ਅੱਖਾਂ 'ਚ ਆਂਸੂ ਵੀ ਹੋਣਗੇ ਤੁਸੀਂ ਖੁਸ਼ ਵੀ ਹੋਵੋਗੇ ਤੁਸੀਂ ਤੁਹਾਨੂੰ ਇੱਕ ਪਿਆਰ ਵੀ ਆਏਗਾ ਮੂਵੀ 'ਤੇ ਸਾਡੇ 'ਤੇ ਵੀ ਪਿਆਰ ਆਏਗਾ ਔਰ
ਸਭ ਨੂੰ ਬਹੁਤ ਜ਼ਿਆਦਾ ਪਸੰਦ ਆਈ। ਹਰ ਬੰਦਾ ਆਪਣੇ ਕੰਮ ਨੂੰ ਲੈ ਕੇ ਡੈਡੀਕੇਟਿਡ ਐਂਡ ਬਹੁਤ ਹੀ ਕੰਸਰਨਡ ਹੋ ਗਿਆ। ਐਜ਼ ਆਈ ਆਲਵੇਜ਼ ਸੇ, ਦਿਸ ਇਜ਼ ਅ ਟੀਮ ਵਰਕ। ਅੱਛੇ ਲੋਕਾਂ ਕੇ ਸਾਥ ਜੁੜੇ ਰਹੇ, ਅੱਛੀ ਚੀਜ਼ਾਂ ਆਡੀਅੰਸ ਕੋ ਦੇਤੇ ਰਹੇ, ਦੈਟਸ ਇਟ। ਕਰਤੇ ਕਰਤੇ ਹੀ ਚਲੇ ਜਾਏ, ਜਬ ਜਾਣਾ ਹੈ ਤੋ ਇਤਨਾ ਹੀ ਹੈ। ਸ਼ਰਾ ਸ਼ਰਾ ਸ਼ਬ ਸ਼ਾਬਾ ਸ਼ਾਬਾ। ਇਹ ਫਿਲਮ ਵੱਖਰੀ ਆ ਯਾਰ ਸਾਰਿਆਂ ਨਾਲੋਂ। ਜਗਦੀਪ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਉਹ ਕਿਸੇ ਦਾ ਵੀ ਕ੍ਰੈਡਿਟ ਨਹੀਂ ਰੱਖਦਾ, ਅਤੇ ਉਹਨਾਂ ਨੇ ਪ੍ਰੋਪਰ ਮੈਨੂੰ ਇਸ ਫਿਲਮ 'ਚ ਸ਼ੇਅਰ ਦਿੱਤਾ ਐਜ਼ ਅ ਕ੍ਰੈਡਿਟ ਕਿ ਇਹ ਫਿਲਮ ਪਾਗਲ ਗਾਣੇ ਤੋਂ ਇੰਸਪਾਇਰ ਹੋਈ। ਸੁਫਨਾ ਮੇਰੇ ਲਈ ਬਹੁਤ ਸਪੈਸ਼ਲ ਫਿਲਮ ਹੈ ਕਿਉਂਕਿ ਇਹਦਾ ਜੋਨਰ ਉਹ ਹੈ ਜੋ ਮੈਨੂੰ ਬਹੁਤ ਪਸੰਦ ਹੈ, ਰੋਮੈਂਟਿਕ ਫਿਲਮਾਂ। ਇਹਦੇ 'ਚ ਉਹ ਨਰਮਾ ਹੈ ਜਿਹਦੇ 'ਚ ਮੇਰਾ ਬਚਪਨ ਲੁਕਿਆ ਹੋਇਆ ਹੈ। ਇਹ ਉਸ ਘਰ 'ਚ ਸ਼ੂਟ ਹੋਈ ਹੈ ਜਿੱਥੇ ਮੈਂ ਪਹਿਲੀ ਵਾਰ ਟੀ ਵੀ ਦੇਖਿਆ, ਜਿੱਥੇ ਮੈਂ ਪਹਿਲੀ ਵਾਰ ਫਿਲਮ ਦੇਖੀ। ਇਹ ਮੇਰੇ ਏਰੀਆ ਸ਼ੂਟ ਹੋਈ ਹੈ, ਗੰਗਾਨਗਰ ਸ਼ੂਟ ਹੋਈ ਹੈ। ਸੋ ਜਿਹੜੇ ਸ਼ਹਿਰ 'ਚ ਤੁਸੀਂ ਕਹਿ ਸਕਦੇ ਹੋ ਮੈਂ ਹੋਸਟਲ 'ਚ ਪੜ੍ਹਦੇ ਹੋਏ ਡ੍ਰੀਮ ਦੇਖਿਆ ਇਹ ਫਿਲਮਾਂ ਦਾ, ਤਾਂ ਉੱਥੇ ਸ਼ੂਟ ਕਰਨਾ ਬਹੁਤ ਸਪੈਸ਼ਲ ਸੀ। ਅਤੇ ਜਿੱਦਣ ਮੈਂ ਸ਼ੂਟ ਸਟਾਰਟ ਕਰਨਾ ਸੀਗਾ, ਮੈਂ ਉਸ ਸਕੂਲ ਜਿੱਥੇ ਮੈਂ ਪੜ੍ਹਦਾ ਸੀਗਾ ਅਤੇ ਮੈਂ ਉਹਦੇ ਬਾਹਰ ਜਾ ਕੇ ਐਂਡ ਆਪਣੀ ਲਾਈਫ ਰਿਕਾਲ ਕੀਤੀ ਸੀ ਵੀ ਯਾਰ ਮੈਂ ਇੱਥੇ ਆਹ ਡ੍ਰੀਮ ਦੇਖਿਆ ਸੀ ਅਤੇ ਅੱਜ ਮੈਂ ਇੱਥੇ ਆਪਣੀ ਫਿਲਮ ਸ਼ੂਟ ਕਰ ਰਿਹਾ। ਹਰੇਕ ਫਿਲਮ ਵਾਂਗੂ, ਚਾਹੇ ਤੁਸੀਂ ਕਿੰਨੀਆਂ ਵੀ ਫਿਲਮਾਂ ਕਰ ਲਓ, ਹਰੇਕ ਜਿਵੇਂ ਮਾਂ ਨੂੰ ਆਪਣਾ ਹਰੇਕ ਪੁੱਤ ਪਿਆਰਾ ਹੁੰਦਾ, ਸੋ ਹਰੇਕ ਡਾਇਰੈਕਟਰ ਨੂੰ ਆਪਣੀ ਹਰੇਕ ਫਿਲਮ ਪਿਆਰੀ ਹੁੰਦੀ ਹੈ। ਐਂਡ ਉਵੇਂ ਹੀ ਸੁਪਨਾ ਮੇਰੇ ਲਈ ਸੀ ਅਤੇ ਮੈਨੂੰ ਬਹੁਤ ਪਸੰਦ ਹੈ। ਜ਼ਹਿਰ ਵੇਖ ਕੇ ਪੀਤਾ ਤੇ ਕੀ ਪੀਤਾ, ਇਸ਼ਕ ਸੋਚ ਕੇ ਕੀਤਾ ਤੇ ਕੀ ਕੀਤਾ, ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਵੇ ਬੁੱਲਿਆ, ਪਿਆਰ ਵੀ ਲਾਲਚ ਨਾਲ ਕੀਤਾ ਤੇ ਕੀਤਾ।